ਇਹ ਸਾਡੇ ਲੋਕ ਹੀ ਨੇ ਜਿਹੜੇ ਜਾ ਕੇ ਯੂਟਿਊਬ 'ਤੇ ਫੇਸਬੁੱਕ 'ਤੇ ਵੀਡੀਓ ਪਾਉਂਦੇ ਆ ਜੀ, ਉਹ ਕੁੜੀ ਨੇ ਮੈਨੂੰ ਬੁਲਾਇਆ ਨਹੀਂ ਜੀ, ਮੈਂ ਪੈਸੇ ਲਾ ਕੇ ਭੇਜੇ ਆ। ਬਿਲਕੁਲ। ਕੁੜੀ ਕਹਿੰਦੀ ਹੈ ਜੀ ਮੁੰਡਾ ਮੈਨੂੰ ਤੰਗ ਕਰਦਾ ਜੀ, ਫੋਨ ਕਰਕੇ ਗਾਲਾਂ ਕੱਢਦਾ। ਇਹ ਸਾਡਾ ਮੀਡੀਆ ਦਿਖਾਉਂਦਾ ਜੀ ਮੁੰਡਾ ਮਰ ਗਿਆ ਜੀ, ਇੱਥੇ ਸੁਸਾਈਡ ਕਰ ਲਈ। ਕਿਉਂ ਕਰ ਲਈ ਜੀ? ਉਹ ਜੀ ਕੰਟਰੈਕਟ ਮੈਰਿਜ 'ਤੇ ਕੁੜੀ ਗਈ ਸੀ ਜੀ, ਉਹਨੇ ਬੁਲਾਇਆ ਨਹੀਂ। ਕੀ ਪੜ੍ਹਨ ਜਾ ਰਹੇ ਆ ਸਾਡੇ ਬੱਚੇ? ਹੁਣ ਕੈਨੇਡਾ ਹੈ ਜਿਹੜਾ ਰੋਜ਼ਗਾਰ ਦੇ ਰਿਹਾ, ਜਿੱਥੇ ਕਮਾਈ ਵਧੀਆ ਹੋ ਰਹੀ ਹੈ, ਆਪਣੀ ਬੱਚੇ ਆਪਣੇ ਘਰ ਵਾਲਿਆਂ ਦੀ ਗਰੀਬੀ ਖਤਮ ਕਰ ਰਹੇ ਹਨ। ਪਿੰਡ 'ਚ ਸਵੇਰੇ ਪਾਕਿਸਤਾਨੀ ਆ ਜਾਣ 10,000, ਤੇ ਉਹ ਵਿਚਾਰੇ ਪਾਕਿਸਤਾਨੀ ਆ, ਕੋਈ ਨੌਕਰੀ ਨਹੀਂ ਹੈਗੀ ਕਰਨ ਨੂੰ, ਭੁੱਖੇ ਮਰਦੇ ਨੇ ਉਹ ਤੁਹਾਡੇ ਪਿੰਡ 'ਚ ਆ ਜਾਣ, ਤੁਹਾਡੀਆਂ ਨੌਕਰੀਆਂ ਖਾ ਜਾਣ, ਕੀ ਕਰੋਗੇ ਤੁਸੀਂ? ਤੁਸੀਂ ਕਹੋਗੇ ਉਹ ਵਿਚਾਰੇ ਨੇ? ਵਿਚਾਰੇ ਕਿੱਦਾਂ ਨੇ ਉਹ? ਇਹ ਮੁਲਕ ਹੀ ਨਹੀਂ ਹੈਗਾ ਉਹਨਾਂ ਦਾ। ਬਿਲਕੁਲ। ਉਹ ਮੁਲਕ ਗੋਰਿਆਂ ਦਾ, ਗੋਰਿਆਂ ਦੀ ਖੇਡ ਹੈ। ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਮਜ਼ਦੂਰੀ ਕਰਨ ਲਈ, ਤੁਸੀਂ ਤਾਂ ਸਿਰ ਤੇ ਬਹਿ ਗਏ ਉਹਨਾਂ ਦੇ। ਤੁਸੀਂ ਕਹਿੰਦੇ ਸਾਡਾ ਹੱਕ ਇੱਥੇ ਰੱਖ। ਬਿਲਕੁਲ। ਤੁਹਾਡਾ ਮੁਲਕ ਤਾਂ ਨਹੀਂ ਨਾ ਹੈਗਾ ਉਹ। ਬਿਲਕੁਲ। ਤੁਸੀਂ ਉੱਥੇ ਦੇ ਜੰਮਪਲ ਤੇ ਨਹੀਂ ਹੋ। ਬਿਲਕੁਲ। ਉਹ ਤੁਹਾਡੇ ਬਜ਼ੁਰਗ ਵੀ ਨਹੀਂ ਜੰਮੇ ਉੱਥੇ। ਤੁਸੀਂ ਕਿੱਦਾਂ ਹੱਕ ਮੰਗ ਸਕਦੇ ਹੋ? ਕਿਵੇਂ, ਠੀਕ ਹੋ? ਸਭ ਵਧੀਆ ਸਰ। ਕੀ ਚੱਲੇ ਕਰਦਾ ਸਰ? ਅੱਜ ਕੱਲ੍ਹ ਤਾਂ ਹਰ ਕੋਈ ਆਸਟ੍ਰੇਲੀਆ ਜਾਣ ਨੂੰ ਬੜਾ ਉਤਸ਼ਾਹਿਤ ਹੈ। ਉਹ ਕਿਉਂ? ਉਹ ਤਾਂ ਆਸਟ੍ਰੇਲੀਆ ਹੀ ਜਾਣਾ। ਕੈਨੇਡਾ ਜੀ ਏਸੀ ਵੱਧ ਗਈ ਹੈ, ਖਰਚਾ ਬਹੁਤ ਹੈ, ਕੋਈ ਜਾਣਾ ਚਾਹੁੰਦਾ ਨਹੀਂ। ਠੀਕ ਹੈ। ਅਮੈਰੀਕਾ ਦਾ ਆਪਸ਼ਨ ਦਿੰਦੇ ਆਪਾਂ, ਉਸ ਲਈ ਵੀ ਇੰਟਰਸਟ ਨਹੀਂ ਸ਼ੋਅ ਕਰਦਾ। ਬੋਲਦੇ ਜੀ ਉੱਥੇ ਕੰਮ ਨਹੀਂ ਕਰ ਸਕਦੇ ਆਪਾਂ ਪਾਰਟ ਟਾਈਮ, ਕੱਲ੍ਹ ਨੂੰ ਔਖਾ ਹੈ, 5 ਸਾਲ ਪੜ੍ਹ ਕੇ ਵਾਪਸ ਆਉਣਾ ਪੈਣਾ। ਅਤੇ ਆਸਟ੍ਰੇਲੀਆ ਇੱਕ ਐਸਾ ਆਪਸ਼ਨ ਹੈ ਜਿੱਥੇ ਕਮਾਈ ਵੀ ਹੈ, ਪੈਸਾ ਵੀ ਕਮਾਉਂਦਾ। ਅਤੇ ਤੁਹਾਨੂੰ ਪਤਾ ਹੀ ਹੈ ਕਿ ਹਰ ਕੋਈ ਬੱਚੇ ਦਾ ਜਿਹੜਾ ਡ੍ਰੀਮ ਹੈ ਉਹ ਆਸਟ੍ਰੇਲੀਆ ਹੈ। ਪੜ੍ਹਾਈ ਵਧੀਆ, ਐਟਮੋਸਫੇਅਰ ਵਧੀਆ, ਇਨਵਾਇਰਮੈਂਟ ਵਧੀਆ ਉੱਧਰ ਦਾ। ਅਤੇ ਇਸ ਟਾਈਮ ਜਿਹੜਾ ਬੱਚਾ ਉਹ ਸੋਚਦਾ ਕਿ ਚਲੋ ਆਸਟ੍ਰੇਲੀਆ ਦਾ ਹੋ ਜਾਏ, ਬਟ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ, ਜਿੱਦਾਂ ਦੀ ਅਪਡੇਟਸ ਆ ਰਹੀਆਂ, ਸਰ ਕਿਵੇਂ ਹੋਏਗਾ, ਕਿਵੇਂ ਜਾ ਪਾਏਗਾ? ਵਧੀਆ ਵਧੀਆ ਕੁਛ ਨਹੀਂ ਹੈਗਾ। ਇਹ ਹੈ ਵੀ ਸਰਕਾਰਾਂ ਭੋਲੀਆਂ, ਗੋਰੇ ਥੋੜ੍ਹਾ ਜਿਹਾ ਸਪੋਰਟਿਵ ਕਰਦੇ ਆ, ਜਦੋਂ ਕੋਈ ਮਿਹਨਤ ਤਰਲਾ ਕਰਦਾ ਉਹਦੀ ਗੱਲ ਵੀ ਸੁਣ ਲੈਂਦੇ ਆ, ਭੁੱਖੇ ਨੂੰ ਰੋਟੀ ਵੀ ਦੇ ਦਿੰਦੇ ਆ। ਸਾਡੇ ਲੋਕਾਂ ਨੇ ਇੰਨਾ ਕੁ ਜਾ ਕੇ ਕੰਮ ਖਰਾਬ ਕਰਤਾ, ਅਬਿਊਜ਼ ਕਰ ਲਈਆਂ ਚੀਜ਼ਾਂ, ਕਿ ਹੁਣ ਹਰ ਕੋਈ ਕਹਿੰਦਾ ਵੀ ਇਹਨਾਂ ਕੋਲੋਂ ਨਹੀਂ ਲੈਣਾ ਅਸੀਂ। 200 ਮੁਲਕਾਂ ਚੋਂ ਲੋਕ ਬਾਹਰ ਜਾਂਦੇ ਆ ਪੜ੍ਹਨ ਵਾਸਤੇ, ਪੜ੍ਹਾਈ ਦੇ ਵੀਜ਼ੇ 'ਤੇ। ਇੰਗਲੈਂਡ ਵੀ ਜਾਂਦੇ ਆ, ਕਨੇਡਾ ਵੀ ਜਾਂਦੇ ਆ, ਅਮੈਰੀਕਾ ਵੀ ਜਾਂਦੇ ਆ, ਆਸਟ੍ਰੇਲੀਆ ਵੀ ਜਾਂਦੇ ਆ। ਇਹ ਸਾਡੇ ਲੋਕ ਹੀ ਨੇ ਜਿਹੜੇ ਜਾ ਕੇ ਯੂਟਿਊਬ 'ਤੇ ਫੇਸਬੁੱਕ 'ਤੇ ਵੀਡੀਓ ਪਾਉਂਦੇ ਆ ਜੀ, ਉਹ ਕੁੜੀ ਨੇ ਮੈਨੂੰ ਬੁਲਾਇਆ ਨਹੀਂ ਜੀ, ਮੈਂ ਪੈਸੇ ਲਾ ਕੇ ਭੇਜੇ ਆ। ਬਿਲਕੁਲ। ਕੁੜੀ ਕਹਿੰਦੀ ਹੈ ਜੀ ਮੁੰਡਾ ਮੈਨੂੰ ਤੰਗ ਕਰਦਾ ਜੀ, ਫੋਨ ਕਰਕੇ ਗਾਲਾਂ ਕੱਢਦਾ। ਇਹ ਸਾਡਾ ਮੀਡੀਆ ਦਿਖਾਉਂਦਾ ਜੀ ਮੁੰਡਾ ਮਰ ਗਿਆ ਜੀ, ਇੱਥੇ ਸੁਸਾਈਡ ਕਰ ਲਈ। ਕਿਉਂ ਕਰ ਲਈ ਜੀ? ਉਹ ਜੀ ਕੰਟਰੈਕਟ ਮੈਰਿਜ 'ਤੇ ਕੁੜੀ ਗਈ ਸੀ ਜੀ, ਉਹਨੇ ਬੁਲਾਇਆ ਨਹੀਂ। ਕੀ ਪੜ੍ਹਨ ਜਾ ਰਹੇ ਆ ਸਾਡੇ ਬੱਚੇ? ਬਿਲਕੁਲ ਸਰ। ਪੜ੍ਹਨ ਤਾਂ ਨਹੀਂ ਨਾ ਜਾ ਰਹੇ? ਬਿਲਕੁਲ ਨਹੀਂ ਜਾ ਰਹੇ। ਅਤੇ ਕਦੋਂ ਤੱਕ ਆਟੇ 'ਚ ਲੂਣ ਪਾਈ ਜਾਓਗੇ? ਲੱਖਾਂ ਦੁਨੀਆ ਜਾਣੀ ਸ਼ੁਰੂ ਹੋ ਗਈ। ਕੈਨੇਡਾ ਨੇ 25 ਲੱਖ ਬੰਦਾ ਸਿਟੀਜ਼ਨ ਬਣਾ ਦਿੱਤਾ ਤੁਹਾਡਾ। 25 ਲੱਖ ਬੰਦਾ ਕੈਨੇਡਾ 'ਚ ਸਿਟੀਜ਼ਨ ਹੈ। ਬਿਲਕੁਲ ਸਰ। ਆਸਟ੍ਰੇਲੀਆ 'ਚ 10 ਲੱਖ ਬੰਦਾ। ਜਦੋਂ ਤੁਸੀਂ ਜਾਂਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਅਸੀਂ ਵਾਪਸ ਆਵਾਂਗੇ। ਬਿਲਕੁਲ। ਅਸੀਂ ਆ ਪੜ੍ਹਾਈ ਪੜ੍ਹਨ ਚੱਲੇ ਹਾਂ, ਪੜ੍ਹ ਕੇ ਵਾਪਸ ਆਵਾਂਗੇ। ਵਾਪਸ ਤਾਂ ਤੁਸੀਂ ਆਉਂਦੇ ਨਹੀਂ ਸਰ। ਸਟੂਡੈਂਟ ਵੀ ਕੀ ਕਰੇ ਫਿਰ? ਇੱਥੇ ਤਾਂ ਰੋਜ਼ਗਾਰ ਹੈ ਨਹੀਂ। ਹਾਂਜੀ। ਹੁਣ ਕੈਨੇਡਾ ਹੈ ਜਿਹੜਾ ਰੋਜ਼ਗਾਰ ਦੇ ਰਿਹਾ, ਜਿੱਥੇ ਕਮਾਈ ਵਧੀਆ ਹੋ ਰਹੀ ਹੈ, ਆਪਣੀ ਬੱਚੇ ਆਪਣੇ ਘਰ ਵਾਲਿਆਂ ਦੀ ਗਰੀਬੀ ਖਤਮ ਕਰ ਰਹੇ ਨੇ। ਪਿੰਡ 'ਚ ਸਵੇਰੇ ਪਾਕਿਸਤਾਨੀ ਆ ਜਾਣ 10,000, ਤੇ ਉਹ ਵਿਚਾਰੇ ਪਾਕਿਸਤਾਨੀ ਆ, ਕੋਈ ਨੌਕਰੀ ਨਹੀਂ ਹੈਗੀ ਕਰਨ ਨੂੰ, ਭੁੱਖੇ ਮਰਦੇ ਨੇ ਉਹ ਤੁਹਾਡੇ ਪਿੰਡ 'ਚ ਆ ਜਾਣ, ਤੁਹਾਡੀਆਂ ਨੌਕਰੀਆਂ ਖਾ ਜਾਣ, ਕੀ ਕਰੋਗੇ ਤੁਸੀਂ? ਤੁਸੀਂ ਕਹੋਗੇ ਉਹ ਵਿਚਾਰੇ ਨੇ? ਵਿਚਾਰੇ ਕਿੱਦਾਂ ਨੇ ਉਹ?
ਇਹ ਮੁਲਕ ਨਹੀਂ ਹੈਗਾ ਉਹਨਾਂ ਦਾ, ਬਿਲਕੁਲ ਉਹ ਮੁਲਕ ਗੋਰਿਆਂ ਦਾ, ਗੋਰਿਆਂ ਦੀ ਖੇਡ ਹੈ। ਉਹਨਾਂ ਨੇ ਤੁਹਾਨੂੰ ਬੁਲਾਇਆ ਸੀ ਮਜ਼ਦੂਰੀ ਕਰਨ ਲਈ, ਤੁਸੀਂ ਤਾਂ ਸਿਰ ਤੇ ਬਹਿ ਗਏ ਉਹਨਾਂ ਦੇ, ਤੁਸੀਂ ਕਹਿੰਦੇ ਸਾਡਾ ਹੱਕ ਇੱਥੇ ਰੱਖ, ਬਿਲਕੁਲ ਤੁਹਾਡਾ ਮੁਲਕ ਤਾਂ ਨਹੀਂ ਨਾ ਹੈਗਾ ਉਹ, ਬਿਲਕੁਲ ਤੁਸੀਂ ਉੱਥੇ ਦੇ ਜੰਮਪਲ ਤੇ ਨਹੀਂ ਹੋ, ਬਿਲਕੁਲ ਕੋਈ ਤੁਹਾਡੇ ਬਜ਼ੁਰਗ ਵੀ ਨਹੀਂ ਜੰਮੇ ਉੱਥੇ, ਤੁਸੀਂ ਕਿੱਦਾਂ ਹੱਕ ਮੰਗ ਸਕਦੇ ਹੋ। ਰਾਈਟ ਸਰ, ਆਪਾਂ ਕਹਿੰਦੇ ਸਟੂਡੈਂਟ ਕੀ ਕਰੇ, ਸਟੂਡੈਂਟ ਜਿਹਨੇ ਉਹਨੂੰ ਜੰਮਿਆ ਉਹਨੂੰ ਪੁੱਛੇ, ਆਪਣੇ ਮਾਂ ਪਿਓ ਨੂੰ ਪੁੱਛੇ ਵੀ ਮੈਂ ਕੀ ਕਰਾਂ। ਬਿਲਕੁਲ ਜਿਹੜੇ ਜ਼ਿਲ੍ਹੇ 'ਚ ਰਹਿੰਦਾ ਸਰਕਾਰ ਦੇ ਕੋਲ ਜਾਵੇ, ਸਰਕਾਰ ਦੇ ਕੋਲੋਂ ਨੌਕਰੀ ਮੰਗੇ, ਕੋਈ ਕਾਰੋਬਾਰ ਕਰੇ, ਬਿਲਕੁਲ ਕੋਈ ਸਾਰਾ ਭਾਰ ਕੈਨੇਡਾ 'ਤੇ ਪਾਉਣਾ ਜਾ ਕੇ ਜਾਂ ਆਸਟ੍ਰੇਲੀਆ 'ਤੇ ਪਾ ਦੇਣਾ। ਬਿਲਕੁਲ, ਅਤੇ ਸਰ ਜਿਹੜੇ ਸਟੂਡੈਂਟ ਵਾਕਿਆ ਉਹਨਾਂ ਦਾ ਮੋਟਿਵ ਜਿਹੜਾ ਪੜ੍ਹਾਈ ਰਹਿੰਦਾ, ਹਾਂਜੀ ਉਹ ਪੜ੍ਹਨਾ ਹੀ ਚਾਹੁੰਦੇ, ਪੜ੍ਹ ਕੇ ਵਾਪਸ ਆਉਣਾ ਚਾਹੁੰਦੇ, ਹਾਂਜੀ ਉਹਨਾਂ ਲਈ ਕਿੱਦਾਂ ਹੋਊਗਾ? ਇੱਦਾਂ ਦੇ ਹੈ ਹੀ ਨਹੀਂ, ਆਉਂਦੇ ਹੀ ਨਹੀਂ, ਸਾਡੇ ਕੋਲ ਸਟੂਡੈਂਟ ਨਹੀਂ ਆਉਂਦਾ, ਝੂਠ ਬੋਲਦਾ ਬੰਦਾ ਆ ਕੇ ਸਾਨੂੰ ਕਹਿੰਦਾ ਜੀ ਅਸੀਂ ਬਾਹਰ ਜਾਣਾ ਜੀ, ਬਾਹਰ ਜਾਣ ਦੀ ਖੇਡ ਆ, ਅਸੀਂ ਵੀ ਖਿਡਾਉਂਦੇ ਹਾਂ। ਬਿਲਕੁਲ, ਇਹ ਸਮਝਣਾ ਚਾਹੀਦਾ ਸਾਨੂੰ, ਇਹ ਖੇਡ ਮੁੱਕ ਗਈ ਹੈ ਹੁਣ, ਬਿਲਕੁਲ ਹੁਣ ਨਹੀਂ ਜਾਣਾ ਬਾਹਰ ਕਿਸੇ ਨੇ ਵੀ। ਅੱਜ ਕੈਨੇਡਾ ਵਾਲੇ ਹਾਕਾ ਮਾਰਦੇ ਨੇ, ਜਾਂਦਾ ਹੀ ਨਹੀਂ ਬੰਦਾ, ਤੁਹਾਡੇ ਕੋਲ ਆਉਂਦਾ ਨਾ ਸਟੂਡੈਂਟ ਰੋਜ਼, ਵੀ ਕਹਿੰਦੇ ਕੈਨੇਡਾ ਚੱਲ ਜਾ, ਬਿਲਕੁਲ ਕੀ ਕਹਿੰਦਾ ਅੱਗੋਂ? ਉਹ ਤਾਂ ਫ੍ਰੀ ਵਿੱਚ ਭੇਜੋਗੇ, ਆਪਾਂ ਤਾਂ ਵੀ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਬਾਜੀ ਉੱਥੇ ਕੰਮ ਨਹੀਂ ਹੈ, ਕੰਮ ਨਹੀਂ, ਤੁਸੀਂ ਕੰਮ ਕਰੇ ਜਾਣਾ ਨਾ, ਫਿਰ ਤੁਸੀਂ ਪੜ੍ਹਨ ਤਾਂ ਜਾਣਾ ਹੀ ਨਹੀਂ ਤੁਸੀਂ। ਬਿਲਕੁਲ, ਕੰਮ ਆਉਂਦਾ ਕੋਈ ਸਾਨੂੰ? ਕੀ ਕੰਮ ਆਉਂਦਾ ਸਾਨੂੰ? ਕੰਮ ਤਾਂ ਸਾਨੂੰ ਆਉਂਦਾ ਕੋਈ ਨਹੀਂ। ਅੱਜ ਕੈਨੇਡਾ 'ਚ ਵੀ 5 ਲੱਖ ਰੁਪਏ ਤਨਖਾਹ ਹੈ, ਤਨਖਾਹ ਉਹਦੀ ਹੈ, ਕੋਈ ਇੰਜੀਨੀਅਰ ਹੈ, ਕੋਈ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਆਪਾਂ ਤਾਂ 12ਵੀਂ ਪਾਸ ਆ, ਕੰਮ ਹੀ ਕੀਤਾ ਕੋਈ ਨਹੀਂ ਜ਼ਿੰਦਗੀ 'ਚ, ਨਸ਼ੇ ਸਾਡੇ ਜਵਾਕ ਨੂੰ ਲੱਗ ਗਿਆ, ਅਸੀਂ ਸੋਚਦੇ ਹਾਂ ਇਹਨੂੰ ਕੈਨੇਡਾ ਭੇਜ ਦਈਏ, ਇਹਦਾ ਨਸ਼ਾ ਛੁੱਟ ਜੂਗਾ, ਨਸ਼ਾ ਤਾਂ ਉੱਥੇ ਜਾ ਕੇ ਹੋਰ ਵਧੂਗਾ ਜੀ। ਬਿਲਕੁਲ ਸਰ, ਅਸੀਂ ਆਪਦੇ ਨਲਾਇਕ ਲੋਕਾਂ ਨੂੰ ਬਾਹਰ ਭੇਜਦੇ ਹਾਂ ਕਿ ਉੱਥੇ ਜਾ ਕੇ ਸੁਧਰੂਗਾ, ਸੁਧਰਨ ਸਧਾਰਨ ਵਾਲਾ ਕੰਮ ਨਹੀਂ, ਹੋਰ ਜ਼ਿਆਦਾ ਵਿਗੜ ਜਾਣਾ। ਜਦੋਂ ਤੱਕ ਪੜ੍ਹਨ ਵਾਲੇ ਜਵਾਕ ਜਾਂਦੇ ਸੀ ਉਹ ਪੜ੍ਹਦੇ ਸੀ, ਦੇਸ਼ ਦਾ ਨਾਂ ਉੱਚਾ ਹੁੰਦਾ ਸੀ, ਡਿਗਰੀਆਂ ਮਿਲਦੀਆਂ ਸੀ, ਡਾਕਟਰ ਮਨਮੋਹਨ ਸਿੰਘ ਪੜ੍ਹ ਕੇ ਆਏ, ਬਿਲਕੁਲ ਪੂਰੀ ਦੁਨੀਆਂ 'ਚ ਨਾਂ ਹੋਇਆ, ਦੁਨੀਆਂ ਦੇ ਸਭ ਤੋਂ ਵੱਡੇ ਇਕਾਨਮਿਸਟ ਹੋਏ, ਦੇਸ਼ ਚਲਾਇਆ ਉਹਨਾਂ ਨੇ, ਪ੍ਰਧਾਨ ਮੰਤਰੀ ਬਣੇ, ਕਿੰਨੀ ਚੰਗੀ ਗੱਲ ਸੀ ਕਿ ਬਾਹਰੋਂ ਬੰਦਾ ਪੜ੍ਹ ਕੇ ਆਇਆ, ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਅੱਜ ਨਿਆਣਾ ਬਾਹਰ ਪੜ੍ਹਨ ਜਾਂਦਾ ਉੱਥੇ ਜਾ ਕੇ ਕੀ ਕਰਦਾ? ਟੈਕਸੀ ਡਰਾਈਵਰ ਉਹ ਕੰਮ ਹੀ ਕਰਦਾ, ਚੌਕੀਦਾਰ ਬਣਦਾ ਉੱਥੇ ਜਾ ਕੇ, ਉਹ ਸਾਰੇ ਕੰਮ ਕਰਦਾ, ਇੱਥੇ ਨਹੀਂ ਉਹ ਕੰਮ ਕਰਦਾ। ਅੱਜ ਕਹਿੰਦਾ ਜੀ ਬਾਹਰ ਕਿਉਂ ਜਾਈਏ ਜੀ, ਅਸੀਂ ਕੈਨੇਡਾ ਨਹੀਂ ਜਾਣਾ ਜੀ, ਉੱਥੇ ਕੰਮ ਨਹੀਂ ਹੈਗਾ, ਇਹ ਕੰਮ ਕਰਨ ਦਾ ਵੀਜ਼ਾ ਤਾਂ ਸੀਗਾ ਹੀ ਨਹੀਂ, ਇਹ ਪੜ੍ਹਾਈ ਦਾ ਵੀਜ਼ਾ ਸੀ, ਲੋਕ ਪੜ੍ਹਨ ਜਾਂਦੇ ਸੀ, ਪੜ੍ਹ ਕੇ ਕੁਛ ਸਿੱਖਦੇ ਸੀ, ਪੱਕੇ ਵੀ ਹੋ ਜਾਂਦੇ ਸੀ। ਹੁਣ ਉਹ ਲੋਕ ਚਲੇ ਗਏ ਜਿਹੜੇ ਪੜ੍ਹਨ ਨਹੀਂ ਗਏ, ਜਦੋਂ ਇੱਦਾਂ ਦੇ ਕ੍ਰਿਮੀਨਲ ਮਾਈਂਡ ਲੋਕ ਚੱਲ ਜਾਣਗੇ, ਵਿਹਲੜ ਲੋਕ ਚੱਲ ਜਾਣਗੇ, ਉਹਨਾਂ ਨੇ ਜਾ ਕੇ ਸਿਸਟਮ ਖਰਾਬ ਕਰਤਾ, LMI ਵਿਕਣ ਲੱਗ ਪਈਆਂ, ਕੋਈ 10 ਲੱਖ ਦੀ ਵੇਚਦਾ, ਕੋਈ 15 ਦੀ, ਕੋਈ 20 ਦੀ, ਇੱਥੇ ਟਰੈਕਟਰ ਵੀ ਸਾਡਾ, ਟਰਾਲੀ ਵੀ ਸਾਡੀ ਅਤੇ ਬ੍ਰਾਂਡ ਵੀ ਸਾਡਾ, ਕੀ ਹੁੰਦਾ ਵਾ ਕੈਨੇਡਾ 'ਚ? ਭੇਜਣ ਵਾਲਾ ਪੰਜਾਬੀ, ਜਾਣ ਵਾਲਾ ਪੰਜਾਬੀ, ਲਿਜਾਣ ਵਾਲਾ ਪੰਜਾਬੀ, ਵੀਜ਼ਾ ਦੇਣ ਵਾਲਾ ਪੰਜਾਬੀ, ਕਾਲਜ ਵੀ ਪੰਜਾਬੀ ਦਾ, ਸਿਸਟਮ ਖਰਾਬ ਕਰਨ ਵਾਲੇ ਵੀ ਪੰਜਾਬੀ, ਭਾਜੀ ਚਮਕੀਲਾ ਸੁਣਨ ਦੀ ਦੁਨੀਆ ਸਾਰਾ ਦਿਨ, ਬਿਲਕੁਲ ਆਨੰਦ ਮਾਣਦੇ ਨੇ ਲੋਕ, ਗੋਰਿਆਂ ਦੀ ਸੱਭਿਅਤਾ ਤਾਂ ਖਰਾਬ ਹੋ ਗਈ ਨਾ, ਬਿਲਕੁਲ ਡਰਾਇੰਗ ਰੂਮਾਂ 'ਤੇ ਬਹਿ ਗਏ, ਡਾਇਨਿੰਗ ਟੇਬਲ 'ਤੇ ਬਹਿ ਕੇ ਖਾਣ ਵਾਲੇ ਰੋਟੀ, ਆਪਾਂ ਉੱਥੇ ਕਲਚਰ ਬਣਾਤਾ ਜੀ ਕਿ ਅਸੀਂ ਤਾਂ ਬੈੱਡ 'ਤੇ ਬਹਿ ਕੇ ਖਾਵਾਂਗੇ। ਅਤੇ ਹੁਣ ਦੁਖੀ ਨੇ ਅੱਜ ਦੀ ਡੇਟ 'ਚ ਗੋਰੇ, ਉਹ ਨਹੀਂ ਚਾਹੁੰਦੇ ਤੁਹਾਨੂੰ ਲਿਜਾਣਾ,
ਕੈਨੇਡਾ ਤੁਸੀਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਰੁਪਈਏ ਵਧਾ ਦਿੱਤੇ ਉਹਨਾਂ ਨੇ, ਕੰਮ ਹੈ ਨਹੀਂ ਉੱਥੇ। ਆਸਟ੍ਰੇਲੀਆ ਵਾਲੇ ਦੂਰੋਂ ਦੂਰੋਂ ਨਹੀਂ ਤੁਹਾਨੂੰ ਦੂਰੋਂ ਹੀ ਨਮਸਤੇ ਕਰੀ ਜਾਂਦੇ ਵੇ, ਅਲੇ ਕਹਿੰਦੇ ਕੋਈ ਲੈ ਲਓ ਇਹਨਾਂ ਨੂੰ ਨਹੀਂ ਲੈਣੇ। ਕੀ ਹੁੰਦਾ ਪਿਆ ਆਸਟ੍ਰੇਲੀਆ 'ਚ? ਪਿਛਲੇ 20 ਸਾਲ ਤੋਂ ਬੰਦਾ ਆਸਟ੍ਰੇਲੀਆ ਜਾ ਰਿਹਾ ਪੜ੍ਹਨ, 20 ਸਾਲਾਂ ਤੋਂ ਇੱਕੋ ਤਰੀਕੇ ਨਾਲ ਵੀਜ਼ਾ ਮਿਲਦਾ। ਤੁਸੀਂ 6 ਮਹੀਨੇ ਦੀ ਫੀਸ ਤਾਰਨੀ ਹੈ, ਤੁਸੀਂ ਬੀਮਾ ਕਰਾਉਣਾ, ਤੁਸੀਂ ਇੱਕ SOP ਲਿਖ ਕੇ ਦੇਣੀ ਹੈ, ਤੁਸੀਂ ਫੰਡ ਦੇਣੇ ਹੈ, ਅੰਬੈਸੀ ਨੂੰ ਫਾਈਲ ਜਮ੍ਹਾਂ ਹੋ ਜਾਣੀ ਹੈ, ਜਾਂ ਵੀਜ਼ਾ ਲੱਗ ਜਾਣਾ ਜਾਂ ਰਿਫਿਊਜ਼ ਹੋ ਜਾਣਾ। ਜਿਹਦਾ ਲੱਗ ਗਿਆ ਉਹਨੇ ਜਹਾਜ਼ 'ਚ ਬਹਿ ਕੇ ਚੜ੍ਹ ਕੇ ਚੱਲ ਜਾਣਾ। ਅਸੀਂ SOP 'ਚ ਕੀ ਲਿਖਦੇ ਹਾਂ ਕਿ ਮੈਨੂੰ 3 ਸਾਲ ਦੀ ਤੁਸੀਂ ਡਿਗਰੀ 'ਚ ਦਾਖਲਾ ਦਿਓ, ਮੈਂ ਉੱਥੇ ਪੜ੍ਹਾਂਗਾ, ਪੜ੍ਹ ਕੇ ਆ ਕੇ ਮੈਂ ਇੱਥੇ 2 ਲੱਖ ਰੁਪਏ ਤਨਖਾਹ ਲਵਾਂਗਾ। ਬਿਲਕੁਲ, ਹਰ ਬੰਦਾ ਇੱਦਾਂ ਹੀ ਜਾਂਦਾ, ਬਿਲਕੁਲ ਪੜ੍ਹਦਾ ਕੌਣ ਹੈ ਉੱਥੇ? ਪੜ੍ਹਾਈ ਤਾਂ ਉੱਤਰ ਦੇ ਛੱਡ ਦਿੰਦਾ। ਮੈਨੂੰ ਲੱਗਦਾ ਸਰ 90% ਤੋਂ ਵੱਧ ਲੋਕ ਪੜ੍ਹਾਈ ਛੱਡ ਦਿੰਦੇ ਆ, ਪੜ੍ਹਦੇ ਹੀ ਨਹੀਂ। ਕਹਿੰਦਾ ਸਰ ਅਸੀਂ ਪੜ੍ਹਨ ਥੋੜ੍ਹੀ ਆਏ ਜੀ ਇੱਥੇ, ਬਿਲਕੁਲ ਕੰਮ ਕਰਨ ਆਏ ਹਾਂ। ਹੁਣ ਰਿਕਾਰਡ ਤਾਂ ਕਿਤੇ ਨਾ ਕਿਤੇ ਬਣਦਾ ਨਾ, ਰਾਈਟ ਸਰ? ਅੱਜ ਉਹਨਾਂ ਕੋਲ ਰਿਕਾਰਡ ਬਣ ਗਿਆ ਸਾਰਾ ਆਸਟ੍ਰੇਲੀਆ ਵਾਲਿਆਂ ਨੂੰ। ਉਹ ਕਹਿੰਦੇ ਨਹੀਂ ਨਹੀਂ ਆਹ ਵਾਲੇ ਨਹੀਂ ਲੈਣੇ, ਆਹ ਜ਼ਿਲ੍ਹੇ 'ਚੋਂ ਨਹੀਂ ਲੈਣੇ, ਆਹ ਬੋਰਡ ਵਾਲੇ ਨਹੀਂ ਲੈਣੇ, ਆਹ ਵਾਲੀ ਕੌਮ ਦੇ ਲੋਕ ਨਹੀਂ ਲੈਣੇ। ਬਿਲਕੁਲ, ਇਹ ਰਿਫਿਊਜ਼ ਕਰਦੇ ਹੋ ਸਾਰੇ, ਕਿਉਂ ਕਰਦੇ ਹੋ? ਇਹ ਪੜ੍ਹਨ ਤਾਂ ਆਉਂਦੇ ਜੀ। ਤੁਸੀਂ ਹੁਣੇ ਮੈਨੂੰ ਕਹਿੰਦੇ ਸੀ ਸਰ ਇੱਕ ਬੱਚੇ ਦੇ 45 ਨੰਬਰ ਹੈ ਜੀ PT 'ਚ, ਬਿਲਕੁਲ ਉਹਦਾ ਲੱਗ ਜੂਗਾ। ਮੈਂ ਕਹਿੰਦਾ ਤੁਸੀਂ 90 ਵਾਲਾ ਦਿਓ, ਉਹ ਤਾਂ ਵੀ ਕਿਹੜਾ ਉਹਨੇ ਪੜ੍ਹ ਲੈਣਾ ਜਾ ਕੇ? ਬਿਲਕੁਲ, ਸਾਡੀ ਮਾਨਸਿਕਤਾ ਖਰਾਬ ਹੋ ਗਈ। ਦੁਨੀਆਂ ਨੇ ਵੀਜ਼ਾ ਨਹੀਂ ਦੇਣੇ ਸਾਨੂੰ ਕਦੀ, ਦੁਨੀਆਂ ਦੇ ਕਿਸੇ ਮੁਲਕ ਨੇ ਵੀਜ਼ਾ ਨਹੀਂ ਦੇਣਾ ਜੇ ਅਸੀਂ ਸੁਧਰੇ ਨਾ, ਸਾਨੂੰ ਸੁਧਰਨਾ ਪਏਗਾ। ਆਸਟ੍ਰੇਲੀਆ ਨੇ ਨਹੀਂ ਬਣਨ ਦੇਣਾ ਹੁਣ ਕਿਸੇ ਨੂੰ। 1 ਜਨਵਰੀ ਤੋਂ ਨਵੇਂ ਰੂਲ ਬਣ ਗਏ, ਹਰ ਇੱਕ ਕਾਲਜ ਯੂਨੀਵਰਸਿਟੀ ਨੂੰ ਇੱਕ ਕੋਟਾ ਮਿਲਿਆ। ਠੀਕ ਹੈ, ਜਿਹਦੇ ਕੋਲ ਪਹਿਲਾਂ ਕੋਟਾ ਹੁੰਦਾ ਸੀ 30,000 ਬੰਦੇ ਲਿਆਉਣ ਦਾ, 10,000 ਦਾ ਮਿਲਿਆ। ਜਿਹੜਾ ਕਾਲਜ ਇੱਥੋਂ ਹਰ ਸਾਲ 4,000-5,000 ਬੰਦਾ ਲੈ ਕੇ ਜਾਂਦਾ ਸੀ, ਉਹਨੂੰ 500 ਨਿਆਣਿਆਂ ਦਾ ਕੋਟਾ ਮਿਲਿਆ। ਹੁਣ 500 ਨਿਆਣਿਆਂ 'ਚੋਂ ਪੜ੍ਹਾਊਗਾ ਕੀ? ਕਿੱਦਾਂ ਆਪਣੇ ਖਰਚੇ ਕੱਢੂਗਾ? ਅੱਗੇ ਜੰਟ ਬੰਦ ਹੁੰਦੇ ਸੀ, ਹੁਣ ਕਾਲਜ ਵੀ ਬੰਦ ਹੁੰਦੇ ਪਏ। ਜਿਹਨਾਂ ਕਾਲਜਾਂ ਦੇ ਵਿੱਚ ਬੱਚੇ ਜਾਂਦੇ ਸੀ, ਅੱਜ ਉਹ ਕਾਲਜਾਂ ਨੇ ਬੱਚੇ ਲੈਣੇ ਬੰਦ ਕਰਤੇ। ਅੱਜ ਆਸਟ੍ਰੇਲੀਆ ਦਾ ਕੋਈ ਕਾਲਜ ਦਾਖਲਾ ਨਹੀਂ ਦਿੰਦਾ ਤੁਹਾਨੂੰ। ਅਸੀਂ ਨਵੰਬਰ ਇਨਟੇਕ 'ਚ ਦਾਖਲਾ ਦੇ ਰਹੇ ਹਾਂ, ਹਜੇ ਵੀ ਬਚਿਆ ਥੋੜ੍ਹਾ ਜਿਹਾ ਟਾਈਮ, ਆਖਰੀ ਮੌਕਾ। ਜਾਂਦੀ ਬਾਹਰ ਦਾ ਜਿੰਨੇ ਬੁੜੇ ਲੁੱਟਣੇ ਉਹ ਆ ਜਾਓ ਸਾਡੇ ਕੋਲ, ਅਸੀਂ ਨਵੰਬਰ ਇਨਟੇਕ 'ਚ ਅਪਲਾਈ ਕਰਾਵਾਂਗੇ। ਜਿਹਦੇ ਕੋਲ 5 ਲੱਖ ਰੁਪਈਆ ਹੈਗਾ ਉਹ ਸਾਡੇ ਕੋਲ ਆਵੇ, ਜਿਹਦੇ ਕੋਲ ਪੈਸੇ ਨਹੀਂ ਸ਼ੋਅ ਕਰਨ ਲਈ ਅਸੀਂ ਨਹੀਂ ਭੇਜ ਸਕਦੇ। ਨਮਸਤੇ ਸਾਡੇ ਵੱਲੋਂ, ਰਾਮ ਰਾਮ, ਅਸੀਂ ਨਹੀਂ ਭੇਜਣਾ। ਗਰੀਬ ਬੰਦੇ ਵਾਸਤੇ ਨਹੀਂ ਹੈਗਾ ਆਸਟ੍ਰੇਲੀਆ। ਗਰੀਬ ਬੰਦਾ ਕੋਈ ਵਿਜ਼ਟਰ ਵੀਜ਼ਾ ਅਪਲਾਈ ਕਰ ਲਵੇ ਤਾਂ 20,000 ਰੁਪਏ 'ਚ ਅਪਲਾਈ ਹੋ ਜਾਂਦਾ, ਲੱਗ ਗਿਆ ਤਾਂ ਉੱਥੇ ਜਾ ਕੇ ਗੁੱਡੀਆਂ ਪਾਵੇ, ਨਹੀਂ ਤਾਂ ਫਿਰ ਠੀਕ ਹੈ, ਰਿਫਿਊਜ਼ ਤਾਂ ਸਾਰਿਆਂ ਦਾ ਹੋ ਹੀ ਜਾਂਦਾ ਜੀ। ਤਾਂ ਸਰ ਨਵੰਬਰ ਤੋਂ ਬਾਅਦ ਜਿਹੜਾ ਜਨਵਰੀ ਫਰਵਰੀ ਇਨਟੇਕ 'ਤੇ ਜਾਊਗਾ ਤਾਂ ਕੌਣ ਜਾ ਪਾਊਗਾ? ਉਸ ਕਿਹੜਾ ਬੱਚਾ ਜਿਹੜਾ ਉਹ ਐਲੀਜੀਬਲ ਹੋਊਗਾ ਉਸ ਕੈਟੇਗਰੀ ਵਿੱਚ? ਯੂਰਪ ਵਾਲੇ ਜਾਊਗੇ, ਜਰਮਨ ਵਾਲੇ, ਫਰਾਂਸ, ਇਟਲੀ ਵਾਲੇ, ਚਾਈਨਾ ਵਾਲੇ, ਥਾਈਲੈਂਡ ਵਾਲੇ। ਮਤਲਬ ਇੰਡੀਆ ਵਾਲੇ ਨਹੀਂ ਹੈ? ਨਹੀਂ, ਇੰਡੀਆ ਵਾਲੀ ਹੈਗਾ, ਜੇ ਕਿਸੇ ਕੋਲ ਹੈਗੀ 100 ਕਿੱਲਾ ਪੈਲੀ ਦੇ ਦੂਗੇ ਉਹਨੂੰ ਦਾਖਲਾ। ਓਕੇ, ਕਿਹਦੀ ਮਿਲ ਲੱਗੀ ਹੈ, ਸੈਲਰ ਹੈਗਾ ਕਿ ਇਹਦਾ 2-4 ਕਰੋੜ ਰੁਪਏ ਖਾਤੇ 'ਚ ਪਿਆ, ਕਿਹਨੇ ਰੋਲਸ ਰੋਇਸ ਗੱਡੀ ਰੱਖੀ ਹੈ, ਅਮੀਰ ਬੰਦਾ, ਪਿੰਡ ਦਾ ਸਰਪੰਚ ਆ, 50 ਕਿੱਲੇ 100 ਕਿੱਲੇ ਪੈਲੀ ਜਾਂਦੀ ਹੈ, ਇਹਦੇ ਖਾਤੇ 'ਚ ਪੈਸੇ ਪਏ ਆ, ਦੇ ਦੂਗੇ ਉਹਨੂੰ ਵੀਜ਼ਾ। ਕਿਸੇ ਕੋਲ 50 ਕਰੋੜ ਰੁਪਏ ਦੀ FD ਪਈ ਹੈ, ਦੇ ਦੂਗੇ ਉਹਨੂੰ ਵੀਜ਼ਾ। ਆਹ ਜਿਹੜੇ ਲੋਨ ਲੈ ਕੇ ਆਪਾਂ ਚਾਹੁੰਦੇ, ਇਹ ਨਹੀਂ ਹੁਣ ਮੁੱਕ ਗਿਆ ਕੰਮ, ਮੇਰੀ ਗੱਲ ਯਾਦ ਰੱਖਿਓ, ਦੁਨੀਆ ਤਰਸੂਗੀ, ਚੀਕਾਂ ਵੱਜੂਗੀਆਂ ਇੱਥੇ, ਹਾਏ ਆਸਟ੍ਰੇਲੀਆ ਜਾਣਾ, ਆਸਟ੍ਰੇਲੀਆ ਸਾਰਾ ਕੁਛ ਲੈ ਲਓ ਸਾਡਾ, ਸਾਨੂੰ ਆਸਟ੍ਰੇਲੀਆ ਭੇਜ ਦਿਓ। ਇਹ ਆਸਟ੍ਰੇਲੀਆ ਨੇ ਵੜਨ ਨਹੀਂ ਦੇਣਾ ਕਦੀ। ਆ ਗਿਆ ਸਾਰਾ ਰਿਕਾਰਡ ਸਾਹਮਣੇ ਆ ਗਿਆ, ਪਾਰਲੀਮੈਂਟ ਦੇ ਵਿੱਚ ਰੂਲ ਪਾਸ ਹੋ ਗਿਆ, ਕਾਨੂੰਨ ਬਣ ਗਿਆ,
ਜਦੋਂ ਸਰਕਾਰਾਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾ ਦਿੰਦੀਆਂ, ਫਿਰ ਕਾਨੂੰਨ ਟੁੱਟਣੇ ਥੋੜ੍ਹੀ ਹੈਗੇ ਆ। ਉਹ ਤਾਂ ਬਿੱਲੀ ਅੱਖਾਂ ਬੰਦ ਕਰ ਲੈਂਦੀ ਹੈ ਕਿ ਹਾਏ ਮੈਨੂੰ ਕਿਹੜਾ ਕਿਸੇ ਨੇ ਖਾ ਜਾਣਾ, ਬਿੱਲੀ ਖਾਧੀ ਗਈ, ਇਹ ਲੰਘ ਗਿਆ ਤੁਹਾਡੇ ਹੱਥੋਂ। ਜੋ ਕੰਮ ਪਾਕਿਸਤਾਨ ਨਾਲ ਹੁੰਦਾ ਸੀ, ਅੱਜ ਉਹ ਸਾਰੇ ਮੁਲਕਾਂ ਨਾਲ ਹੋਣ ਲੱਗ ਪਿਆ, ਜਿੱਥੋਂ ਜਿੱਥੋਂ ਨਿਆਣੇ ਭੱਜਦੇ ਜਾ ਕੇ। ਨਾ ਤਾਂ ਨੇਪਾਲ ਵਾਲੇ ਨੂੰ ਕੋਈ ਦਾਖਲਾ ਦੇਵੇ, ਨਾ ਬੰਗਲਾਦੇਸ਼ ਵਾਲੇ ਨੂੰ ਦੇਵੇ। ਚਾਈਨਾ 'ਚ ਵੀ ਬਹੁਤ ਸਾਰਾ ਏਰੀਆ ਜਿੱਥੋਂ ਲੋਕ ਭੱਜਦੇ ਆ। ਹੁਣ ਜਿਹੜੇ ਇਲਾਕਿਆਂ 'ਚੋਂ ਲੋਕ ਜਾ ਕੇ ਭੱਜ ਜਾਂਦੇ ਆ, ਪੜ੍ਹਦੇ ਨਹੀਂ ਆ, ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਵੀਜ਼ਾ ਨਹੀਂ ਮਿਲਣਾ। ਤੁਸੀਂ ਕਿਸੇ ਇਹੋ ਜਿਹੀ ਸਟੇਟ 'ਚ ਰਹਿੰਦੇ ਹੋ ਜਿੱਥੋਂ ਲੋਕ ਪੜ੍ਹਨ ਜਾਂਦੇ ਆ, ਤੁਹਾਡੇ ਚਾਰ ਰਿਸ਼ਤੇਦਾਰ ਪੜ੍ਹਨ ਗਏ ਆ, ਪੜ੍ਹ ਕੇ ਉੱਥੇ ਅਫਸਰ ਬਣੇ ਆ, ਤਾਂ ਜ਼ਰੂਰ ਦੇ ਦੂਗੇ ਤੁਹਾਨੂੰ ਵੀਜ਼ਾ। ਤੁਹਾਡੇ ਕੋਲ ਰੁਪਈਏ ਹੋਣੇ ਚਾਹੀਦੇ, ਤੁਹਾਡੇ ਉਹਦੇ ਦੁਕਾਨਦਾਰੀ ਆ। ਜੇ ਤੁਸੀਂ ਸੋਚਦੇ ਹੋ ਤੁਸੀਂ 5 ਲੱਖ ਦੀ ਰਿਟਰਨ ਦੇ ਨਾਲ ਆਸਟ੍ਰੇਲੀਆ ਦੀ ਫਾਈਲ ਲਾ ਲਓ, ਤੁਹਾਨੂੰ ਦਾਖਲਾ ਨਹੀਂ ਦੇਣਾ ਕਿਸੇ ਨੇ। ਜਿਹੜੇ ਕਾਲਜ ਦੇ ਕੋਲ 5000 ਸੀਟ ਸੀ, ਉਹਨੂੰ ਗੌਰਮੈਂਟ ਨੇ 100 ਸੀਟਾਂ ਦਿੱਤੀਆਂ ਹੁਣ, ਕਿ ਲੈ ਸੱਜਣ ਤੂੰ 100 ਬੰਦਾ ਲਿਆ। ਹੁਣ ਉਹ 100 ਬੰਦਿਆਂ ਨਾਲ ਕੀ ਖਾਊਗਾ, ਰੋਟੀ ਕਿੱਥੋਂ ਖਾ ਲੈਣੀ ਉਹਨੇ? ਉਹ 100 ਉਹੀ ਲਿਆਊਗਾ ਨਾ ਜਿਹੜਾ ਪੈਸੇ ਤਾਰੂਗਾ। ਅਲੱਗ ਕਹੂਗਾ ਦਿਓ ਮੈਨੂੰ 2 ਸਾਲ ਦੀ ਫੀਸ ਦਿਓ ਪਹਿਲਾਂ। ਸਾਡਾ ਤਾਂ ਕਹਿੰਦਾ ਨਾ, 6 ਮਹੀਨੇ ਦੀ ਫੀਸ ਆ, ਅਸੀਂ ਤਾਂ 5 ਲੱਖ 6 ਲੱਖ ਰੁਪਇਆ ਤਾਰ ਕੇ ਚੱਲ ਜਾਂਗੇ। ਮਤਲਬ ਕਿ ਰਿਜ਼ਲਟ ਇੱਥੇ ਪਹੁੰਚਦਾ ਹੈ, ਮੁੱਕ ਗਿਆ ਕੰਮ, ਮੁੱਕ ਗਿਆ ਕੰਮ। ਲੋਕਾਂ ਨੂੰ ਰੋਜ਼ ਸਮਝਾਉਂਦੇ ਹਾਂ ਕਿ ਏਜੰਟ ਨੂੰ ਪੈਸੇ ਨਾ ਦੇ ਦਿਓ, ਦੇਖ ਲਓ ਅਖਬਾਰਾਂ ਚੁੱਕ ਲਓ, TV ਦੇਖ ਲਓ, ਹਰ ਰੋਜ਼ 2-4 ਏਜੰਟ ਭੱਜਦੇ ਪਏ ਪੈਸੇ ਚੁੱਕ ਚੁੱਕ। ਇਹ ਐਂਡ ਹੈ ਹੁਣ। ਹੁਣ ਸਿਰਫ ਦਾਖਲਾ ਉਹਦਾ ਹੋਣਾ ਜਿਹੜਾ ਜੈਨੂਨ ਹੈ, ਜਿਹੜਾ ਅਮੀਰ ਹੈ। ਅਮੀਰ ਸਮਝਦੇ ਹੋ? ਬਿਲਕੁਲ। ਜੇਬ 'ਚ ਪੈਸੇ ਪਏ ਆ, ਵਧੀਆ ਦੁਕਾਨਦਾਰੀ ਚੱਲਦੀ ਹੈ, ਉਹਨੂੰ ਦਾਖਲਾ ਮਿਲਣਾ। ਜਿਹੜਾ ਸੋਚਦਾ ਮੈਂ ਕਰਜ਼ਾ ਲੈ ਕੇ ਚੱਲ ਜੂੰਗਾ, ਹੁਣ ਨਹੀਂ ਮਿਲਦਾ ਉਹਨੂੰ ਦਾਖਲਾ। ਮਤਲਬ ਕਿ ਮਿਡਲ ਕਲਾਸ ਅਤੇ ਅਪਰ ਮਿਡਲ ਕਲਾਸ ਉਹ ਸਪਨੇ ਲਾਣੇ ਬੰਦ ਕਰਤੇ? ਬਸ ਇੱਕ ਕਲਾਸ ਇੱਕੋ ਹੀ ਹੈ ਜੀ, ਬਸ ਫਸਟ ਕਲਾਸ। ਕੋਈ ਮਿਡਲ ਕਲਾਸ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਕਲਾਸ। ਜਿਹੜਾ ਮਿਡਲ ਕਲਾਸ ਉਹ ਕਿੱਥੇ ਜਾਊਗਾ, ਕਿਹੜੀ ਕੰਟਰੀ ਜਾਊਗਾ, ਉਹਦੇ ਲਈ ਕਿਹੜਾ ਆਪਸ਼ਨ? ਦੁਬਈ ਜਾਵੇ ਜੀ, ਦੁਬਈ ਕੰਮ ਕਰਨ ਜਾਂਦੇ ਨਾ, ਕਹਿੰਦੇ ਕੈਨੇਡਾ ਕੰਮ ਨਹੀਂ ਹੈਗਾ। ਅੱਜ ਹਰ ਬੰਦਾ ਹੈਗਾ ਨਾ, ਕੈਨੇਡਾ 'ਚ ਕੰਮ ਨਹੀਂ, ਕੰਮ ਹੈਗਾ ਕਿੱਥੇ ਆ ਫਿਰ? ਦੁਬਈ, ਆਬੂ ਦੁਬਈ, ਸ਼ਾਰਜਾ, ਮੈਸਨ, ਕਾਰਪੈਂਟਰ, ਪਲੰਬਰ, ਡਰਾਈਵਰ, ਸਕਿਉਰਟੀ ਗਾਰਡ, ਕੰਮ ਹੀ ਕੰਮ ਹੈ। ਰੁਪਈਆ 20-25,000-30,000 ਮਿਲਦਾ। ਜਾਓ ਕੰਮ ਕਰੋ, ਜਾ ਕੇ ਮਿਹਨਤਾਂ ਕਰੋ। ਹਜ਼ਮ ਨਹੀਂ ਹੁੰਦਾ ਨਾ, ਚੰਗਾ ਮੁਲਕ ਤੁਹਾਨੂੰ ਵੀਜ਼ਾ ਦਿੰਦਾ ਸੀ, ਤੁਹਾਨੂੰ ਹਜ਼ਮ ਹੀ ਨਹੀਂ ਹੁੰਦਾ ਪਿਆ। ਨਾ ਨਾ, ਸਾਡਾ ਹੱਕ ਇੱਥੇ ਰੱਖ, ਅਸੀਂ ਪੜ੍ਹਨ ਆਏ ਨਹੀਂ, ਸਾਡਾ ਤਾਂ ਬੁੱਢਾ ਮਰ ਗਿਆ, ਸਾਡੀ ਫੀਸ ਦੇ ਦਿਓ। ਛੱਤ ਤੱਕ ਜਾਂਦੇ ਜੀ ਲੋਕ, ਆਸਟ੍ਰੇਲੀਆ ਪਹੁੰਚਦੇ ਆ, ਯੂਨੀਵਰਸਿਟੀ ਨੂੰ ਕਹਿੰਦੇ ਸਾਡਾ ਬੁੱਢਾ ਮਰ ਗਿਆ, ਸਾਨੂੰ ਪੈਸੇ ਦੇ ਦਿਓ, ਅਸੀਂ ਵਾਪਸ ਚੱਲੇ। ਉੱਥੋਂ ਪੈਸੇ ਲੈ ਕੇ ਸਸਤੇ ਜੇ ਕਾਲਜ 'ਚ ਜਾ ਕੇ ਦਾਖਲਾ ਲੈ ਲੈਂਦੇ। ਉਹੀ ਸਖਤਾਈ ਦਾ ਰੀਜ਼ਨ ਹੈ, ਆਪਾਂ ਹੀ ਆ ਸਖਤਾਈ। ਹਾਂਜੀ, ਆਪਾਂ ਵੀ ਉੱਥੇ ਬੈਠੇ, ਇੱਥੇ ਆਪਾਂ ਜੰਟ ਹੁੰਦੇ ਹਾਂ। ਬਿਲਕੁਲ। ਇੱਥੇ ਜਿਹੜਾ ਇੰਡੀਆ 'ਚ ਜੰਟ ਕੰਮ ਕਰਦਾ ਨਾ ਜੀ, ਉਹਨੂੰ ਕਹਿੰਦੇ ਐਜੂਕੇਸ਼ਨ ਜੰਟ। ਕੋਈ ਕੰਸਲਟੈਂਟ, ਜਿਹੜੇ ਪੜ੍ਹੇ ਲਿਖੇ ਲੋਕ ਕਹਿੰਦੇ ਜੀ ਅਸੀਂ ਕੰਸਲਟੈਂਟ ਆ। ਜਿਹੜੇ ਉੱਧਰ ਬੈਠੇ ਆ ਆਸਟ੍ਰੇਲੀਆ 'ਚ ਲੋਕ, ਜਿਹੜੇ ਮਸ਼ਹੂਰੀ ਦਿੰਦੇ ਆ ਰੇਡੀਓ 'ਤੇ, ਉੱਥੇ ਦੀਆਂ ਮੈਗਜ਼ੀਨਾਂ 'ਚ ਮਸ਼ਹੂਰੀ ਦਿੰਦੇ ਆ, ਉਹ ਦੇਖਦੇ ਕਾਲਜ ਚੇਂਜ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਉਹਨਾਂ ਏਜੰਟਾਂ ਨੂੰ ਕਹਿੰਦੇ ਆ ਮਾਰਾ ਏਜੰਟ। ਇਹ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਇਹਦੇ ਵਿੱਚ। ਬਿਲਕੁਲ ਸਰ। ਜਦੋਂ ਅਸੀਂ ਇੱਥੋਂ ਜਵਾਕ ਭੇਜਤਾ ਯੂਨੀਵਰਸਿਟੀ 'ਚ ਡਿਗਰੀ ਕਰਨ, ਅਤੇ ਉਹ ਤਾਂ ਵਿਚਾਰੇ ਨੂੰ ਸਮਝ ਨਹੀਂ ਨਾ ਹੈਗੀ। ਉਹ ਜਦੋਂ ਉੱਥੇ ਮਸ਼ਹੂਰੀ ਦੇਖਦਾ, ਜਾਂਦਾ ਏਜੰਟ ਮਹਾਰਾਜ ਕੋਲ, ਏਜੰਟ ਜੀ ਕਹਿੰਦੇ ਹਾਂਜੀ ਗੱਲ ਹੀ ਕੋਈ ਨਹੀਂ ਪੁੱਤਰ, ਇਹ ਕਿਹੜੇ ਚੱਕਰਾਂ 'ਚ ਪੈ ਗਿਆ, PR ਹੀ ਨਹੀਂ, ਆਹ ਡਿਪਲੋਮਾ ਹੀ ਦਾਖਲਾ ਦਿੰਦੇ ਹਾਂ। ਉਹ ਇੱਕ ਪਾਸੋਂ ਫੀਸ ਮੜਾਉਂਦੇ ਆ, ਦੂਜੇ ਪਾਸੇ ਸੁੱਟਦੇ ਰੁਪਈਆ, 25-30% ਵਿੱਚੋਂ ਕੱਢ ਗਿਆ ਉਹ ਮਾਰਦੇ। ਇਹ ਬੇੜਾ ਗਰਕ ਕਰਨ ਵਾਲੇ ਲੋਕ ਉਹ ਲੋਕ ਨੇ ਜਿਹੜੇ ਉੱਥੇ ਬੈਠੇ ਨੇ, ਜਿਹੜੇ ਨਿਆਣੇ ਨੂੰ ਇਹ ਸਲਾਹ ਦਿੰਦੇ ਤੂੰ ਚੇਂਜ ਕਰ ਲਾ, ਚੇਂਜ ਕਰ ਲਾ। ਚੰਗਾ ਭਲਾ ਇੱਥੇ ਅਮੀਰ ਕਰਦਾ ਨਿਆਣਾ, ਚੰਗੀ ਯੂਨੀਵਰਸਿਟੀ ਦਾਖਲਾ ਲੈਂਦਾ, ਤੂੰ ਜਾ ਕੇ ਪੜ੍ਹਦਾ ਹੀ ਨਹੀਂ। ਅੱਜ ਉਹਨਾਂ ਨੇ ਐਨਾਲਾਈਜ਼ ਕੀਤਾ, ਬੁਰੇ ਨੇ ਰਾਜ ਕੀਤਾ ਉਹਨਾਂ ਨੇ ਦੁਨੀਆਂ 'ਤੇ,
ਉਹਨਾਂ ਨੇ ਕੱਢ ਲਈਆਂ ਐਕਸਲ ਦੀਆਂ ਸ਼ੀਟਾਂ। ਹਾਂ ਭਾਈ ਦੱਸੋ ਕਿਹੜੇ ਕਾਲਜ 'ਚ ਨਿਆਣੇ ਕਿੰਨੇ ਆਏ, ਪੜ੍ਹਿਆ ਤਾਂ ਕੋਈ ਵੀ ਨਹੀਂ, ਸਾਰੇ ਪੜ੍ਹਾਈ ਛੱਡ ਗਏ। ਪਹਿਲਾਂ ਕਹਿੰਦਾ ਬੰਦ ਕਰੋ, ਫਿਰ ਇਹ ਕਿਹੜਾ ਕੰਮ ਸ਼ੁਰੂ ਕੀਤਾ ਨਿਆਣੇ ਲਈ ਆ ਉਹ ਅੱਜ। ਆਉਣ ਵਾਲਾ ਸਮਾਂ ਆਸਟ੍ਰੇਲੀਆ ਦਾ ਉਹਦੇ ਵਾਸਤੇ ਆ ਜਿਹਨੇ ਪੜ੍ਹਨ ਜਾਣਾ। 2-3 ਸਾਲ ਲੱਗਿਆ ਕਰੂਗੇ ਤੁਹਾਨੂੰ ਦਾਖਲਾ ਲੈਣ ਨੂੰ, ਆਪਣੀ ਫਾਈਲ ਤਿਆਰ ਕਰਨ ਨੂੰ। ਜਿਹੜੇ ਕੱਲ੍ਹ ਆਪਾਂ ਖਾਤੇ 'ਚ ਫੰਡ ਪਾ ਲੈਂਦੇ ਹਾਂ ਨਾ ਜੀ, ਇਹ 2 ਸਾਲ ਪਹਿਲਾਂ ਪਾਉਣੇ ਪੈਣੇ। ਪੁੱਛੂਗੀ ਵੈਸੇ 2 ਸਾਲ ਪਹਿਲਾਂ ਵੀ ਪੈਸੇ ਕਿੱਥੋਂ ਆਏ ਸੀ ਤੇਰੇ। ਸਾਨੂੰ ACT ਦਾ ਟੈਸਟ ਕਰਨਾ ਪਊਗਾ, ਸਾਨੂੰ ਸੈਟ ਕਰਨਾ ਪਊਗਾ, GRE GMAT ਕਰਨਾ ਪਊਗਾ। ਸਾਨੂੰ ਦੱਸਣਾ ਪਏਗਾ ਵੀ ਮੈਂ ਅਮਰੀਕਾ ਕਿਉਂ ਨਹੀਂ ਚੱਲਾਂ, ਆਸਟ੍ਰੇਲੀਆ ਕਿਉਂ ਚੱਲਾਂ, ਇਸ ਪੜ੍ਹਾਈ ਦਾ ਫਾਇਦਾ ਕੀ ਹੋਊਗਾ ਤੁਹਾਨੂੰ। ਉਹ ਜਿਹੜੀ ਨਕਲੀ ਜੀ ਆਪਾਂ SOP ਬਣਾ ਕੇ ਦਿੰਦੇ ਉਹਦੇ ਬੇਸ 'ਤੇ ਵੀਜ਼ਾ ਨਹੀਂ ਲੱਗਣਾ। ਆਖਰੀ ਸਮਾਂ ਵਾ, ਅਸੀਂ ਨਵੰਬਰ ਇੰਟੇਕ 'ਚ ਅਪਲਾਈ ਕਰਦੇ ਪਏ। ਜਿਹੜੇ ਕੋਈ ਭੈਣ ਭਰਾ ਦਾ ਸਪਨਾ ਹੈਗਾ, ਜਿਹਦੇ ਕੋਲ 25-30 ਲੱਖ ਰੁਪਈਆ ਹੈਗਾ ਬੈਂਕ 'ਚ ਪਿਆ, ਆ ਜਾਓ ਸਵੇਰ ਨੂੰ ਅਪਲਾਈ ਕਰ ਦਾਂਗੇ, ਬਾਕੀ ਜੋ ਤੁਹਾਡੇ ਕਰਮਾਂ 'ਚ। ਜਿਹੜਾ ਹੁਣ ਚਲਾ ਗਿਆ ਚਲੋ ਉਹਦੀ ਲਾਟਰੀ ਨਿਕਲ ਜੂਗੀ, ਜਿਹੜਾ ਹੁਣ ਨਾ ਗਿਆ ਇਹ ਦੁਬਾਰਾ ਨਹੀਂ ਮਿਲਣਾ ਮੌਕਾ। ਸਾਰੀ ਜ਼ਿੰਦਗੀ ਬੈਠ ਕੇ ਤਰਸੋਗੇ ਵੀ ਯਾਰ ਆਸਟ੍ਰੇਲੀਆ ਨਾਂ ਦਾ ਕੋਈ ਮੁਲਕ ਹੁੰਦਾ ਸੀ, ਮਸ਼ਹੂਰੀ ਆਉਂਦੀ ਹੁੰਦੀ ਸੀ ਆਸਟ੍ਰੇਲੀਆ ਚੱਲੋ ਪੜ੍ਹਨ ਵਾਸਤੇ ਜੀ। ਕਦੀ ਸੁਣਿਆ ਤੁਸੀਂ ਅਮਰੀਕਾ ਕੋਈ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਿਆ? ਸਾਡੇ ਕੋਲ ਨਹੀਂ ਆਇਆ, ਅਸੀਂ ਦੇਖੇ ਨਹੀਂ, ਇੱਥੇ ਰਹਿੰਦੇ ਹਾਂ ਅਸੀਂ, ਲਿਟਰੇਸੀ ਲੈਵਲ ਕੀ ਸਾਡਾ? ਅਸੀਂ ਜਿਹਨਾਂ ਸੂਬਿਆਂ 'ਚ ਰਹਿੰਦੇ ਹਾਂ ਇੱਥੇ ਪੜ੍ਹਾਈ ਦਾ ਮਿਆਰ ਪਤਾ ਵਧੀਆ ਨਹੀਂ ਹੈਗਾ। ਜਿਹੜੇ ਲੋਕ ਬੰਬਈ ਰਹਿੰਦੇ ਨੇ, ਸਾਊਥ 'ਚ ਰਹਿੰਦੇ ਨੇ, ਕੋਈ ਪੂਨੇ 'ਚ ਪੜ੍ਹਦਾ ਪਿਆ, ਚੰਗੇ ਵੱਡੇ ਪੜ੍ਹੇ ਲਿਖੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ, ਉਹਨਾਂ ਦੇ 90-95% ਨੰਬਰ ਆਉਂਦੇ ਆ। ਉਹ ਲੋਕ ਅਮੈਰੀਕਾ ਪੜ੍ਹਨ ਜਾਂਦੇ ਆ ਵਧੀਆ ਟੌਪ ਦੀਆਂ ਯੂਨੀਵਰਸਿਟੀਆਂ 'ਚ। ਪਰ ਸਰ ਜਿਹੜੇ ਸਾਡੇ ਪੰਜਾਬ ਹਰਿਆਣਾ ਦੇ ਵੀ ਬੱਚੇ ਨੇ ਜਿਹੜੇ ਪੜ੍ਹਨ ਲਈ ਜਾਣਾ ਚਾਹੁੰਦੇ ਨੇ ਹਾਰਵਰਡ, ਨਹੀਂ ਜਾਂਦੇ, ਕੋਈ ਨਹੀਂ ਜਾਂਦੇ, ਮਜ਼ਦੂਰੀ ਕਰਨ ਜਾਣਾ ਚਾਹੁੰਦੇ। ਸਰ ਜਿਹੜਾ ਜਾਣਾ ਵੀ ਚਾਹੁੰਦਾ ਹੈ, ਬਟ ਉਹ ਇੰਨੀ ਫੀ ਕਿੱਧਰੋਂ ਉਤਾਰੂਗਾ ਹਾਰਵਰਡ ਦੀ ਯੂਨੀਵਰਸਿਟੀ ਦੀ ਫੀ? ਉਹਦਾ ਬੁੱਢਾ ਕਰੂਗਾ ਤਿਆਰੀ, ਜਦੋਂ ਜੰਮਿਆ $80,000 ਫੀ ਹੈ। ਹਾਂਜੀ, ਮੈਂ ਕਿਹਾ $80,000-$90,000 ਫੀ ਹੈ, ਕੋਈ ਫਰਕ ਨਹੀਂ ਪੈਂਦਾ ਜੀ। ਬੜੇ ਲੋਕ ਨੇ ਜਿਹੜੇ ਸਿਆਣੇ ਨੇ ਉਹ ਪਲੈਨਿੰਗ ਕਰਦੇ ਨੇ, ਬੱਚੇ ਨੂੰ ਸ਼ੁਰੂ ਤੋਂ ਪੜ੍ਹਾਈ ਪੜ੍ਹਾਉਂਦੇ ਨੇ, ਸਕਾਲਰਸ਼ਿਪ ਮਿਲਦੀ, ਬੱਚੇ ਦੇ ਨੰਬਰ ਬਹੁਤ ਵਧੀਆ ਹੁੰਦੇ ਨੇ। ਜੇ ਕੋਈ ਸੋਚੇ ਨਾ ਨਲਾਇਕ ਬੱਚੇ ਨੂੰ ਪੈਸੇ ਵੱਧ ਲਾ ਕੇ ਭੇਜ ਦੋਗੇ, ਨਹੀਂ ਲੈਣਾ ਕਿਸੇ ਨੇ ਤੁਹਾਡਾ ਨਲਾਇਕ। ਦੁਨੀਆਂ ਨੂੰ ਕਰੋਨਾ ਤੋਂ ਬਾਅਦ ਅਕਲ ਆ ਗਈ, ਅੱਗੇ ਥੋੜੇ ਲੋਕ ਬਾਹਰ ਜਾਂਦੇ ਸੀ, ਅੱਜ ਹਰ ਕੋਈ ਬਾਹਰ ਜਾ ਰਿਹਾ, ਅੱਜ ਹਰ ਸੂਬੇ 'ਚੋਂ, ਹਰ ਸਟੇਟ 'ਚੋਂ ਬਾਹਰ ਜਾ ਰਿਹਾ, ਹਰ ਦੇਸ਼ 'ਚੋਂ ਲੋਕ ਬਾਹਰ ਜਾ ਰਹੇ। ਅੱਜ ਕੈਨੇਡਾ ਦੇ ਸਿਟੀਜ਼ਨ ਲੋਕ ਆਸਟ੍ਰੇਲੀਆ ਜਾਈ ਜਾਂਦੇ, ਬਿਲਕੁਲ ਕੈਨੇਡੀਅਨ ਸਿਟੀਜ਼ਨ ਉਹ ਆਸਟ੍ਰੇਲੀਆ ਜਾ ਰਿਹਾ, ਕਿਉਂ ਜਾ ਰਿਹਾ? ਕੰਮ ਨਹੀਂ ਹੈ, ਕੰਮ ਨਹੀਂ ਹੈ। ਜਰਮਨ ਦਾ ਸਿਟੀਜ਼ਨ ਜਾ ਰਿਹਾ, ਇੰਗਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਜਾ ਰਿਹਾ। ਇੱਕ ਚੀਜ਼ ਸਮਝ ਲਈਏ, ਆਸਟ੍ਰੇਲੀਆ ਬ੍ਰੈਂਡ ਬਣ ਗਿਆ, ਦੁਨੀਆ 'ਚ ਨੰਬਰ 1 ਬ੍ਰੈਂਡ ਹੈ ਲੂਈ ਬਟੂਨ। ਜੋ ਹਾਲ ਲੂਈ ਬਟੂਨ ਦਾ ਵਾ, ਉਹੀ ਹਾਲ ਅੱਜ ਦੀ ਡੇਟ 'ਚ ਆਸਟ੍ਰੇਲੀਆ ਦਾ। ਹਰ ਕੋਈ ਅਫੋਰਡ ਨਹੀਂ ਕਰ ਪਾਊਗਾ, 10 ਗੁਣਾ ਪੈਸੇ ਵੀ ਦਿਓ ਤਾਂ ਵੀ ਕੰਮ ਨਹੀਂ ਹੋਣਾ ਤੁਹਾਡਾ। ਤੁਹਾਨੂੰ ਉਸ ਆਪਣੇ ਆਪ ਨੂੰ ਉਸ ਲਾਇਕ ਬਣਾਉਣਾ ਪੈਣਾ। ਜੇ ਸਵੇਰ ਨੂੰ ਤੁਸੀਂ ਜੂਏ 'ਚੋਂ ਪੈਸੇ ਜਿੱਤ ਲਏ, ਕੋਈ ਤੁਹਾਡੀ ਲਾਟਰੀ ਨਿਕਲ ਗਈ, ਕੋਈ ਤੁਹਾਡੀ ਜ਼ਮੀਨ ਹਾਈਵੇ 'ਚ ਆ ਗਈ, ਤੁਹਾਨੂੰ 5-7 ਕਰੋੜ ਰੁਪਇਆ ਮਿਲ ਗਿਆ, ਤੁਸੀਂ ਰੋਲਸ ਰੋਇਸ ਗੱਡੀ ਲੈਣ ਜਾਓਗੇ, ਤੁਹਾਨੂੰ ਦੇਣੀ ਨਹੀਂ ਕਿਸੇ ਨੇ। ਕਹਿੰਦੇ ਦੱਸੋ ਤੁਹਾਡੀ ਹਿਸਟਰੀ ਕੀ ਹੈ? ਉਹੀ ਕੰਮ ਆਸਟ੍ਰੇਲੀਆ ਦਾ। ਤੁਸੀਂ ਸਵੇਰੇ ਜੂਆ ਜਿੱਤ ਕੇ ਜਾ ਕੇ ਆਸਟ੍ਰੇਲੀਆ ਵਾਲਿਆਂ ਨੂੰ ਕਹੋ ਜੀ ਅਸੀਂ ਰਾਤੀ ਜੂਆ ਜਿੱਤ ਆਏ ਹਾਂ, ਸਾਡੇ ਕੋਲ ਪੈਸੇ ਜਵਾਕ ਪੜ੍ਹਨ ਲਈ ਭੇਜਣਾ, ਨਹੀਂ ਜਾਣਾ ਉਹਨਾਂ ਨੇ। ਤੁਹਾਡਾ ਬੱਚਾ ਸਕੂਲਿੰਗ ਕਿੱਥੋਂ ਕੀਤੀ ਹੈ, ਸੰਸਕਾਰ ਕੀ ਹੈ, ਬੱਚੇ ਦੇ ਅੰਗਰੇਜ਼ੀ ਕਿੱਦਾਂ ਦੀ ਬੋਲਦਾ, ਤੁਹਾਡੇ ਖਾਤਿਆਂ 'ਚ ਕਿੰਨੇ ਕੁ ਪੈਸੇ ਹੈ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਸਾਡੇ ਲੋਕ ਆਨੰਦ ਮਾਣਨ ਜਾਂਦੇ ਸੀ,
ਬਾਹਰਲੇ ਮੁਲਕਾਂ ਚ ਇੱਕ ਜਰੀਆ ਹੀ ਹੈ। ਕੈਨੇਡਾ ਦੇ ਵਿੱਚ 200 ਤਰ੍ਹਾਂ ਦੀਆਂ ਕੌਮਾਂ ਜਾਂਦੀਆਂ। ਸਾਡੀ ਕੌਮ ਹੀ ਹੈ ਜਿਹੜੀ ਫੇਸਬੁੱਕ ਤੇ ਖੜਾ ਹੋ ਕਹਿੰਦੀ ਆ ਲਾ ਫੜ ਆ ਗਿਆ, ਪੱਟਾਂ ਦੇ ਹੱਥ ਮਾਰਦੇ ਕਹਿੰਦੇ ਚਲੋ ਜੀ ਆ ਗਏ ਹਾਂ ਜੀ, ਪਹੁੰਚ ਗਏ ਹਾਂ, ਆ ਗਏ ਹਾਂ ਜੀ ਪੱਕੇ ਕੈਨੇਡਾ ਵਾਲੇ ਜੀ, 70,000 ਬੰਦਾ ਲੱਗਾ ਵਾਪਸ। ਹੁਣ ਪੱਕਾ ਹੋਣਾ ਵੀ ਕਿਹੜਾ ਆਸਾਨ ਹੈ ਭਾਜੀ, ਤੁਸੀਂ ਪੜ੍ਹਾਈ ਦਾ ਵੀਜ਼ਾ ਮੰਗਿਆ ਸੀ, ਤੁਹਾਨੂੰ ਪੜ੍ਹਾਈ ਦਾ ਵੀਜ਼ਾ ਮਿਲ ਗਿਆ, ਬਿਲਕੁਲ ਅਗਲਿਆਂ ਨੇ ਤੁਹਾਨੂੰ ਵੀਜ਼ਾ ਦੇ ਦਿੱਤਾ, ਪੱਕੇ ਹੋਣ ਦੀ ਕਿੱਥੇ ਗੱਲ ਹੋਈ ਸੀ, ਬਿਲਕੁਲ ਗੱਲ ਤਾਂ ਹੋਈ ਸੀ ਪੜ੍ਹਾਈ ਦੇ ਵੀਜ਼ੇ ਦੀ, ਪੜ੍ਹਾਈ ਤੁਸੀਂ ਪੜ੍ਹੀ ਨਹੀਂ। ਅੱਜ ਕੈਨੇਡਾ ਚ 25 ਲੱਖ ਬੰਦਾ ਸਿਟੀਜਨ ਹੈ, ਜ਼ਿਆਦਾਤਰ ਲੋਕ ਸਟੱਡੀ ਵੀਜ਼ੇ ਤੇ ਜਾ ਕੇ ਪੱਕੇ ਹੋਏ ਆ, 10% ਲੋਕ ਵੀ ਨਹੀਂ ਹੈਗੇ ਜਿਹਨਾਂ ਨੇ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੀਤੀ ਹੈ, ਡਿਪਲੋਮਾ ਪੜ੍ਹਿਆ, ਡਿਪਲੋਮਾ ਪੜ੍ਹਿਆ, ਉਸ ਡਿਪਲੋਮੇ ਦੀ ਨਾ ਉੱਥੇ ਵੈਲਿਊ ਨਾ ਇੱਥੇ ਵੈਲਿਊ, ਬਿਲਕੁਲ ਉਹ ਟਾਈਮ ਜਿਹਾ ਸਾਰਨ ਗਿਆ, ਪਾਪੂਲੇਸ਼ਨ ਬੁੜੇ ਆਉਂਦੀ ਸੀ, ਬੰਦੇ ਚਾਹੀਦੇ ਸੀ ਯੰਗ, ਕੁਛ ਕਰੋਨਾ ਚ ਆ ਗਏ, ਕਰੋਨਾ ਤੋਂ ਬਾਅਦ ਆ ਗਏ, ਹੁਣ ਜ਼ਿਆਦਾ ਲੈ ਗਏ, ਹੁਣ ਜ਼ਿਆਦਾ ਲੈ ਗਏ, ਹੁਣ ਸਾਂਭੇ ਨਹੀਂ ਜਾਂਦੇ ਪਏ, ਹੁਣ ਚੋਰੀਆਂ ਹੁੰਦੀਆਂ ਵੀ ਇਸ ਟਾਈਮ ਦੁਨੀਆਂ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਕਾਰਾਂ ਚੋਰੀ ਹੁੰਦੀਆਂ ਨਾ ਜੀ ਉਹ ਕੈਨੇਡਾ 'ਚ ਹੁੰਦੀਆਂ। ਬਿਲਕੁਲ ਅਤੇ ਪੁਲਿਸ ਕੀ ਕਹਿੰਦੀ ਹੈ, ਪੁਲਿਸ ਆਮ ਨਾਗਰਿਕ ਨੂੰ ਕਹਿੰਦੀ ਹੈ ਤੁਹਾਡੀ ਗੱਡੀ ਚੋਰ ਹੋ ਰਿਹਾ, ਕੋਈ ਚੋਰੀ ਕਰਦਾ, ਚੋਰੀ ਕਰਨ ਤੋਂ ਲੜਿਓ ਨਾ ਉਹਦੇ ਨਾਲ, ਜੇ ਉਹਨੂੰ ਚਾਬੀ ਦੇ ਦਿਓ ਲੈ ਭਾਈ ਲੈ ਜਾ ਤੂੰ ਗੱਡੀ ਸਾਡੀ, ਤਾਂ ਹਾਲ ਹੈ ਸਰਕਾਰਾਂ ਦੇ, ਤੁਸੀਂ ਚੋਰ ਫੜ ਲਿਆ, ਚੋਰ ਨੂੰ ਤੁਸੀਂ ਛਿੱਤਰ ਨਹੀਂ ਮਾਰ ਸਕਦੇ। ਇਸ ਟਾਈਮ ਕ੍ਰਾਈਮ ਰੇਟ ਪੀਕ ਤੇ ਹੈ, ਨਸ਼ਾ ਆਮ ਮਿਲਦਾ ਪਿਆ, ਜਿਹੜੇ ਸੋਚਦੇ ਨਾ ਜੀ ਅਸੀਂ ਆਪਣਾ ਇੱਥੋਂ ਨਸ਼ੇੜੀ ਬੱਚਾ ਬਾਹਰ ਭੇਜ ਦਈਏ, ਬਾਹਰ ਜਾ ਕੇ ਨਸ਼ਾ ਨਹੀਂ ਮਿਲੂਗਾ, ਨਸ਼ਾ ਜ਼ਿਆਦਾ ਮਿਲੂਗਾ। ਸਮਝਣਾ ਪੈਣਾ, ਸੋਚ ਬਦਲਣੀ ਪੈਣੀ, ਸੋਚ ਬਦਲਣੀ ਪੈਣੀ ਹੈ, ਬਿਲਕੁਲ। ਆਹ ਹਰਿਆਣੇ 'ਚ ਨਵੀਂ ਗੇਮ ਚਾਲੂ ਹੋ ਗਈ, ਸਾਰਾ ਹਰਿਆਣਵੀ ਲੱਗ ਗਿਆ ਜੀ, ਡੋਂਕੀ 'ਚ ਜਾਣ ਲੱਗ ਪਿਆ ਬਾਹਰ, ਇਹ ਪੰਜਾਬ ਵਾਲਿਆਂ ਨੂੰ ਵੀ ਲੰਘ ਗਏ ਜੀ, ਉਹਨਾਂ ਦਾ ਆਲੇ ਟੁਲਟ ਕਰਨੇ ਕੀ ਕਿਆ ਜ਼ਰੂਰਤ ਹੈ ਜੀ, ਪਰ ਜਹਾਜ਼ ਰੋਜ਼ ਜਾਣ ਡੇ ਜੀ ਡੰਕੀ ਦੇ ਰੂਟ ਤੇ। ਜਦੋਂ 2 ਨੰਬਰ ਦੇ ਤਰੀਕਿਆਂ ਨਾਲ ਤੁਸੀਂ ਬਾਹਰ ਜਾਓਗੇ, ਤੁਸੀਂ ਵਾਪਸ ਹੀ ਕਿੱਦਾਂ ਆਓਗੇ, ਤੁਸੀਂ ਸਾਰੀ ਜ਼ਿੰਦਗੀ ਵਾਪਸ ਨਹੀਂ ਆ ਸਕਦੇ। ਦੁਨੀਆਂ ਦੀ 5ਵੀਂ ਇਕੋਨਮੀ ਬਣ ਗਏ ਅਸੀਂ ਲੋਕ, ਸਾਡਾ ਦੇਸ਼ ਦੁਨੀਆਂ ਦੇ ਵਿੱਚ ਅੱਜ ਨਜ਼ਰ ਆ ਰਿਹਾ, ਸਾਰੀ ਦੁਨੀਆਂ ਨੂੰ ਅਸੀਂ ਗਰੋ ਕਰਦੇ ਪਏ ਹਾਂ, ਜਿਹੜੇ ਲੋਕ 2 ਨੰਬਰ ਦੇ ਤਰੀਕਿਆਂ ਨਾਲ ਬਾਹਰ ਜਾ ਰਹੇ ਕਦੀ ਵਾਪਸ ਹੀ ਨਹੀਂ ਆ ਪਾਣੇ। ਸਾਨੂੰ ਸਮਝਣਾ ਪਏਗਾ ਪੜ੍ਹਾਈ ਦਾ ਮਤਲਬ ਪੜ੍ਹਾਈ ਹੈ, ਜੇ ਪੜ੍ਹਾਈ ਦਾ ਵੀਜ਼ਾ ਲੈਣਾ ਫਿਰ ਪੜ੍ਹਨਾ ਪੈਣਾ, ਹਜੇ ਵੀ ਜਿਹੜੇ ਲੋਕ ਸੁਧਰ ਜਾਣਗੇ ਕੁਛ ਬਣ ਜਾਏਗਾ। ਅਸੀਂ ਆਸਟ੍ਰੇਲੀਆ ਜਾਣ ਵਾਸਤੇ ਲੋਕਾਂ ਨੂੰ ਮੋਟੀਵੇਟ ਕਰਦੇ ਹਾਂ, ਜੇ ਕਿਸੇ ਭੈਣ ਭਰਾ ਨੇ ਆਪਣਾ ਜਵਾਕ ਪੜ੍ਹਨ ਲਈ ਭੇਜਣਾ ਪੜ੍ਹਨ ਲਈ ਤਾਂ ਅਸੀਂ ਦਾਖਲਾ ਕਰਾ ਰਹੇ ਹਾਂ, ਸਾਡੇ ਕੋਲ ਨਵੰਬਰ ਇਨਟੇਕ ਹੈ, ਅਸੀਂ ਤੁਹਾਡੀ 2 ਦਿਨ 'ਚ ਫਾਈਲ ਜਮ੍ਹਾਂ ਕਰਾ ਦੇਵਾਂਗੇ, ਰੁਪਈਏ ਅਸੀਂ ਬਾਅਦ 'ਚੋਂ ਲੈ ਲਵਾਂਗੇ। ਕੰਮ ਤਾਂ ਹੋਣਾ ਜੇ ਤੁਹਾਡੇ ਕੋਲ 25-30 ਲੱਖ ਰੁਪਇਆ ਹੈਗਾ, ਜੇ ਮਾੜੇ ਹੈਗੇ ਜੇ ਤਾਂ ਮੈਂ ਨਹੀਂ ਕੰਮ ਕਰਾਉਣਾ, ਕਿਉਂਕਿ ਅੱਗੋਂ ਕੰਮ ਹੋਣਾ ਹੀ ਨਹੀਂ, 25-30 ਲੱਖ ਰੁਪਇਆ ਤੁਹਾਡੇ ਕੋਲ ਸ਼ੋਅ ਕਰਨ ਲਈ ਹੈਗਾ, ਸਾਡੇ ਕੋਲ ਆਓ ਅਸੀਂ ਵੀਜ਼ਾ ਲਵਾ ਕੇ ਦੇਵਾਂਗੇ, ਤੁਸੀਂ ਰੋਜ਼ ਲੋਕਾਂ ਨੂੰ ਮਿਲਦੇ ਜੇ, ਕੀ ਪੁੱਛਦੇ ਲੋਕ ਤੁਹਾਨੂੰ ਆ ਗਏ। ਸਰ ਮੇਨ ਜਿਹੜਾ ਇਸ਼ੂ ਆਉਂਦਾ ਉਹੀ ਹੈ ਕਿ ਫੰਡ ਨਹੀਂ ਹੈ, ਕਿਸੇ ਕੋਲ 25-30 ਲੱਖ ਨਹੀਂ, ਬੋਲਦੇ ਤੁਸੀਂ ਕਰਵਾ ਦਿਓ, ਅਸੀਂ ਕਰਾ ਦਈਏ, ਫਿਰ ਅਸੀਂ ਆਪਣਾ ਬੱਚਾ ਭੇਜ ਲੈਂਦੇ ਹਾਂ, ਅਸੀਂ ਕਿਉਂ ਭੇਜੀਏ ਤੁਹਾਡਾ ਬੱਚਾ। ਬਿਲਕੁਲ, ਜੇ ਫੰਡ ਮੈਂ ਸ਼ੋਅ ਕਰਨੇ ਤਾਂ ਮੈਂ ਆਪਣੇ ਜਵਾਕ ਦੇ ਸ਼ੋਅ ਕਰੂੰਗਾ, ਮੈਂ ਤੁਹਾਡੇ ਜਵਾਕ ਦੇ ਕਿਉਂ ਸ਼ੋਅ ਕਰਾਂ, ਕਿਹਨੂੰ ਬੇਵਕੂਫ ਬਣਾ ਰਹੇ ਹੋ, ਇਹ ਕੋਈ ਖੇਡ ਹੈ ਕਿ ਮੈਂ ਆਪਣੀ ਜੇਬ 'ਚੋਂ ਪੈਸੇ ਕੱਢੇ ਤਾਂ ਤੁਹਾਡੀ ਜੇਬ 'ਚ ਪਾਤੇ। ਦੁਨੀਆਂ ਕੰਪਿਊਟਰ ਨਾਲ ਚੱਲਣ ਡਈ ਹੈ, ਆਧਾਰ ਕਾਰਡ ਤੁਸੀਂ ਜਾ ਕੇ ਬਣਾਏ, ਹੱਥਾਂ ਪੈਰਾਂ ਦੇ ਉਂਗਲਾਂ ਦੇ ਨਿਸ਼ਾਨ ਤੁਹਾਡੇ ਪਏ ਆ ਦੁਨੀਆਂ ਕੋਲ, ਇੱਕ ਮਿੰਟ 'ਚ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿੱਥੋਂ ਤੁਰਿਆ ਕਿੱਥੇ ਪਹੁੰਚਿਆ, ਕਿੱਦਾਂ ਫੰਡ ਸ਼ੋਅ ਹੋਜੂਗੇ, ਕੋਈ 2 ਲੱਖ ਦੀ ਠੱਗੀ ਮਾਰ ਜਾਂਦਾ, ਕੋਈ 2.5 ਦੀ ਮਾਰ ਜਾਂਦਾ।
ਜਿਹਦੇ ਕੋਲ ਆਪਦੇ ਫੰਡ ਹੈਗੇ ਉਹਦਾ ਵੀਜ਼ਾ ਲੱਗਣਾ, ਹੋਰ ਨਹੀਂ ਕਿਸੇ ਦਾ ਕੰਮ ਹੋਣਾ। ਤੁਸੀਂ ਤਾਂ ਰੋਜ਼ ਲੋਕਾਂ ਨੂੰ ਮਿਲਦੇ ਹੀ, ਦੇਖਦੇ ਹੀ ਹੋ ਤੁਸੀਂ ਲੋਕਾਂ ਨੂੰ। ਜਿਹਦੇ ਕੋਲ ਫੰਡ ਨਹੀਂ ਹੈਗੇ ਅਸੀਂ ਨਹੀਂ ਭੇਜ ਸਕਦੇ, ਜਿਹਦੇ ਕੋਲ ਫੰਡ ਹੈਗੇ ਹੁਣੇ ਫੋਨ ਕਰੇ ਅਸੀਂ ਤਿਆਰ ਬੈਠੇ, ਹੁਣੇ ਲਿਆਓ ਵੀ ਸਾਡਾ ਰੁਜ਼ਗਾਰ ਹੈ, ਸਾਨੂੰ ਵੀ 4 ਰੁਪਏ ਵਜਣੇ ਹੈ। ਸਰ ਸੀ ਓ ਈ ਕਿੰਨੇ ਦਿਨਾਂ ਤੱਕ ਆਜੂਗੀ? ਆਜੂ, ਘੰਟੇ 'ਚ ਆਜੂਗੀ। ਲਿਆਓ ਦਿਓ ਪੈਸੇ, ਦਿਓ ਦਿਖਾਓ ਨਾ ਤੁਹਾਡੇ ਪੱਲੇ ਕੀ ਹੈ। ਹੈਗੇ ਤੁਸੀਂ ਭੁੱਖੇ ਜੇ, ਪੈਸੇ ਤੁਹਾਡੇ ਕੋਲ ਹੈ ਨਹੀਂ ਸ਼ੋਅ ਕਰਨ ਲਈ। ਗਾਲਾਂ ਤੁਸੀਂ ਏਜੰਟ ਨੂੰ ਲਿਖੀ ਜਾਂਦੇ ਜੇ, ਹਜੇ ਚੋਰ ਆ, ਲੁੱਟ ਲਿਆ, ਖਾ ਲਿਆ, ਪੀ ਲਿਆ, ਮੋਟਾ ਪਤਲਾ। ਲੋਕਾਂ ਦੀ ਮਾਨਸਿਕਤਾ ਕੀ ਹੈ, ਜਿਹੜੀ ਚੀਜ਼ ਖਰੀਦ ਨਹੀਂ ਨਾ ਸਕਦੇ, ਮਾੜੀ ਆ, ਗੰਦੀ, ਥੂ, ਮੈਂ ਨਹੀਂ ਖਾਣੀ। ਕੌੜੀ ਹੈ ਦੀਦੀ, ਅੰਗੂਰ ਤਾਂ ਹੁੰਦੇ ਹੀ ਖੱਟੇ ਆ, ਮਿੱਠੇ ਅੰਗੂਰ ਹੁੰਦੇ ਹੀ ਨਹੀਂ, 400 ਰੁਪਏ ਕਿਲੋ ਅੰਗੂਰ ਹੁੰਦੇ ਆ, ਕਿਹੜੇ ਖਾ ਲੈਣੇ? ਜਿਹਨੇ ਖਾ ਲੈਣੇ ਉਹ ਅਗਲਾ ਲੈਂਦਾ, ਅਗਲਾ ਕਹਿੰਦਾ ਜੀ ਮਿੱਠੇ ਹੁੰਦੇ ਆ। ਜਿਹਦੇ ਕੋਲ 25 ਲੱਖ ਰੁਪਈਆ ਹੈਗਾ, ਅਗਲਾ ਸਾਡੀ ਵੀਡੀਓ ਦੇਖਦਾ, ਨਾਲ ਹੀ ਫੋਨ ਕਰਦਾ, ਅਗਲਾ ਉਹਦੇ ਨਾਲ ਅਪਲਾਈ ਕਰਦਾ। ਜਿਹਦੇ ਕੋਲ ਨਹੀਂ ਹੈਗੇ ਉਹ ਕਹਿੰਦਾ ਹਾਂ ਮੇਰੇ ਪਾਸ ਫੰਡ ਨਹੀਂ ਹੈ, ਤੁਸੀਂ ਤਾਂ ਚੋਰ ਜੇ, ਠੱਗ ਜੇ, ਤੁਸੀਂ ਤਾਂ ਕਦੇ ਗਰੀਬ ਬੰਦੇ ਨੂੰ ਭੇਜ ਦਾਂਗੇ। ਅਸੀਂ ਸ਼ੁਰੂ ਕੀਤਾ ਸੀ ਗਰੀਬਾਂ ਨੂੰ ਭੇਜਣਾ, ਕੈਨੇਡਾ ਗਏ ਸੀ ਦੁਨੀਆ, ਕੀ ਬਣਿਆ ਹੁਣ? ਉਹ ਕਹਿੰਦੇ ਕੰਮ ਨਹੀਂ ਹੈਗਾ ਉੱਥੇ ਵੀ। ਜੇ ਅਸੀਂ ਕਿਸੇ ਦਾ ਭਲਾ ਕਰਨ ਨੂੰ ਤੁਰਦੇ ਹਾਂ, ਉਹ ਭਲਾ ਵੀ ਨਹੀਂ ਕਰਾਉਣਾ ਚਾਹੁੰਦਾ, ਨਹੀਂ ਕਰਵਾਉਣਾ ਚਾਹੁੰਦਾ। ਰਾਈਟ, ਬਿਲਕੁਲ ਸਰ। ਅੱਜ ਲੋਕਾਂ ਨੂੰ ਗਾਈਡ ਕਰਦੇ ਪਏ ਨਾ ਭਾਈ, ਆਸਟ੍ਰੇਲੀਆ ਜਿਹਨੇ ਜਾਣਾ, ਹੁਣ ਸਾਰੇ ਥੋੜ੍ਹੀ ਦੇਖ ਲੂਗੇ, ਆਹ 10 ਬੰਦਿਆਂ ਨੇ ਵੀਡੀਓ ਦੇਖ ਲਈ, ਇੱਕ ਹੋਣਾ ਉਹਦੇ 'ਚੋਂ ਜਿਹਦੇ ਕੋਲ ਫੰਡ ਆਪਦੇ ਹੋਣੇ, 9 ਕੋ ਹੋਣੇ ਹੀ ਨਹੀਂ, ਅਤੇ 9 ਨੇ ਕਹਿਣਾ ਨੋ ਨੋ ਮੇਰਾ ਫੋਨ ਨਹੀਂ ਚੁੱਕਦੇ ਪਏ, ਇਹ ਮੇਰੇ ਕੋਲ ਕਹਿੰਦੇ ਜੀ 25 ਲੱਖ ਦੇ ਫੰਡ ਦਿਓ, ਇਹਦਾ ਠੱਗ ਨੇ ਜੀ। ਜਿਹੜੀ ਚੀਜ਼ ਆਪਾਂ ਖਰੀਦ ਨਹੀਂ ਨਾ ਸਕਦੇ ਉਹ ਮਾੜੀ ਹੁੰਦੀ ਹੈ। ਬਿਲਕੁਲ ਸਰ। ਐਪਲ ਦਾ ਫੋਨ ਬਹੁਤ ਮਾੜਾ ਹੁੰਦਾ, 1.5 ਲੱਖ ਰੁਪਏ ਦਾ ਆਉਂਦਾ, ਓਪੋ ਦਾ, ਵੀਵੋ ਦਾ ਬਹੁਤ ਵਧੀਆ, 15,000 ਰੁਪਏ ਦਾ ਆ ਜਾਂਦਾ। ਮਾਨਸਿਕਤਾ ਵੈ, ਜੇ ਫੰਡ ਨਹੀਂ ਹੈਗੇ ਕੰਮ ਨਹੀਂ ਹੋਣਾ। ਸੀ ਓ ਐਂ ਲੈ ਦਿੰਦਾ, ਲਿਆਓ ਦਿਓ ਪੈਸੇ, ਦਿਓ ਦਿਖਾਓ, ਸ਼ੋਅ ਕਰਾਓ, ਹੈਗਾ ਤੁਹਾਡੇ ਕੋਲ, ਕਾਗਜ਼ ਪੂਰੇ ਕਰਦੇ, ਹੁਣੇ ਸੀ ਓ ਹੀ ਮਿਲ ਜੂਗੀ। ਪਾਸ ਆਊਟ ਈਅਰ ਕਿਹੜਾ ਕਿਹੜਾ ਸਟੂਡੈਂਟ ਜਿਹੜਾ ਨੰਬਰ ਇੰਡੈਕਸ ਲੈ ਜਾਊਗਾ? ਪੈਸੇ ਹੋਣੇ ਚਾਹੀਦੇ, ਰੁਪਈਆਂ ਦੀ ਖੇਡ ਹੈ, 1-2 ਸਾਲ ਦਾ ਗੈਪ ਚੱਲ ਜਾਂਦਾ ਜੀ। ਜਿਹਨੇ 12ਵੀਂ 2023 'ਚ ਕੀਤੀ ਹੈ, 24 'ਚ ਕੀਤੀ ਹੈ, ਅਸੀਂ ਉਹਦਾ ਨਵੰਬਰ ਇੰਟੇਕ ਲਈ ਦਾਖਲਾ ਕਰਾ ਰਹੇ ਹਾਂ, 50 ਨੰਬਰ ਸਾਨੂੰ ਪੀ ਟੀ ਚਾਹੀਦੇ, ਜੇ 25-30 ਲੱਖ ਰੁਪਏ ਹੈਗਾ ਸ਼ੋਅ ਕਰਨ ਲਈ ਸਾਡੇ ਕੋਲ ਆਓ, ਹੁਣੇ ਫੋਨ ਕਰੋ, ਲੈ ਕੇ ਦਿੰਦੇ ਦਾਖਲਾ। ਕਿੱਦਾਂ ਚੱਲੂਗਾ ਅੱਗੇ ਕੰਮ? ਇੱਦਾਂ ਹੀ ਚੱਲੂਗਾ, ਹੁਣ ਤਾਂ ਐਂ ਚੱਲੂਗਾ ਜੀ, ਲੋਕ ਸੁਧਰਨਗੇ, ਲੋਕ ਬੈਂਕਾਂ 'ਚ ਪੈਸੇ ਜਮ੍ਹਾਂ ਕਰਾਉਣਗੇ, 6-6 ਮਹੀਨੇ ਵੇਟ ਕਰਨਗੇ, ਪ੍ਰਾਪਰਟੀਆਂ ਵੇਚਣਗੇ, ਕਰਜ਼ੇ ਲੈਣਗੇ, ਬੱਚੇ ਦੀ ਮਾਨਸਿਕਤਾ ਚੇਂਜ ਹੋਏਗੀ। ਜਦੋਂ ਡੁਬਈ ਕੰਮ ਕਰੂਗਾ ਜਾ ਕੇ 15,000-20,000 ਰੁਪਏ ਦੇ, ਫਿਰ ਉਹਨੂੰ ਅਕਲ ਆਏਗੀ ਕਿ ਨਹੀਂ ਮੈਨੂੰ ਆਸਟ੍ਰੇਲੀਆ ਜਾਣਾ ਚਾਹੀਦਾ ਸੀ, ਤਾਂ ਉਹਦੇ ਲਈ ਮੈਨੂੰ 2-4 ਸਾਲ ਮਿਹਨਤ ਕਰਨੀ ਚਾਹੀਦੀ ਸੀ, ਚੰਗੇ ਨੰਬਰ ਲੈਣੇ ਚਾਹੀਦੇ। ਅਗਲੇ ਸਾਲ ਨਵੰਬਰ ਤੱਕ ਇਲੈਕਸ਼ਨ ਹੈ ਦੁਨੀਆ 'ਚ ਸਾਰੀ 'ਚ, ਕੈਨੇਡਾ 'ਚ ਵੀ ਇਲੈਕਸ਼ਨ ਹੈ, ਆਸਟ੍ਰੇਲੀਆ 'ਚ ਵੀ ਇਲੈਕਸ਼ਨ ਹੈ, ਅਮੈਰੀਕਾ 'ਚ ਵੀ ਇਲੈਕਸ਼ਨ ਹੈ, 3 ਵੱਡੇ ਮੁਲਕਾਂ 'ਚ ਵਿੱਚ ਇਲੈਕਸ਼ਨ ਹੈ, ਜਿਹਦੇ ਕਰਕੇ ਉਹ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਨਜ਼ਰ ਆਉਂਦਾ। ਔਰ ਆਉਣ ਵਾਲੇ ਟਾਈਮ 'ਚ ਵੀ ਹਾਲਾਤ ਹੋਰ ਖਰਾਬ ਹੋਣਗੇ, ਚੰਗੇ ਨਹੀਂ ਹੋਣਗੇ। ਅਤੇ ਜਿਹੜੇ ਵੀ ਲੋਕ ਜਾਣਾ ਚਾਹੁੰਦੇ ਆ, ਆਪਦਾ ਕੁਛ ਵੇਚ ਦਿਓ, ਪੈਸੇ ਇਕੱਠੇ ਕਰ ਲਓ, ਫਿਰ ਸਾਡੇ ਕੋਲ ਆਓ। ਮਤਲਬ ਕਿ ਸੋਚ ਬਦਲਣੀ ਪੈਣੀ ਹੈ, ਕਿ ਬੱਚੇ ਨੂੰ ਇਹ ਸੋਚ ਕੇ ਚੱਲਣਾ ਕਿ ਮੈਂ ਪੜ੍ਹਨ ਲਈ ਹੀ ਜਾਣਾ। ਨਾ ਬਦਲੋ ਸੋਚ, ਨਾ ਬਦਲੋ, ਰਹਿ ਜਾਣਾ ਜਵਾਕ ਤੁਹਾਡਾ ਇੱਥੇ, ਜੇ ਜਵਾਕ ਤੁਹਾਨੂੰ ਭੇਜਣਾ ਤਾਂ ਤੁਹਾਨੂੰ ਬਦਲਣਾ ਪਏਗਾ, ਆਪੇ ਬਦਲ ਜਾਓਗੇ, ਵਧੀਆ ਰਹੋਗੇ, ਵਕਤ ਬਦਲੂਗਾ, ਫਿਰ ਚੀਕਾਂ ਮਾਰੋਗੇ, ਹਾਏ ਮੇਰਾ 2 ਲੱਖ ਰੁਪਈਆ ਖਰਾਬ ਹੋ ਗਿਆ, ਕੀ ਹੋਣਾ? ਤੁਸੀਂ ਫੋਨ ਕਰਨਾ ਏਜੰਟ ਨੂੰ, ਮੈਂ ਆਸਟ੍ਰੇਲੀਆ ਜਾਣਾ, ਅਗਲਾ ਕਹਿੰਦਾ ਲਿਆਓ ਭੇਜਦੇ ਹਾਂ, ਅਸੀਂ ਕਾਗਜ਼ ਲੈ ਕੇ ਫੰਡ, ਕਹਿੰਦਾ ਫੰਡ ਅਸੀਂ ਆਪੇ ਕਰ ਲਾਂਗੇ, 2-4 ਦਿਨ ਦਾ ਅਗਲੇ ਨੇ ਲੱਲਾ ਭਾਬਾ ਤੁਹਾਨੂੰ ਕਰਨਾ, 5ਵੇਂ ਦਿਨ ਕਹਿਣਾ ਇੰਗਲੈਂਡ ਭੇਜੀਏ, ਤੁਹਾਡੇ ਮੂਹਰੇ ਇੰਗਲੈਂਡ ਦੀ ਆਫਰ ਲੈਟਰ ਰੱਖਦੇ। ਹੋ ਰਿਹਾ ਸਰ, ਇੱਦਾਂ ਹੀ ਹੋ ਰਿਹਾ, ਆਸਟ੍ਰੇਲੀਆ ਦੇ ਨਾਂ 'ਤੇ ਲੋਕ ਬੁਲਾ ਲੈਂਦੇ, ਮੁੜ ਕੇ ਇੰਗਲੈਂਡ ਭੇਜ ਦਿੰਦੇ, ਇੰਗਲੈਂਡ ਜਾਂਦਾ ਅਗਲਾ 2-4-6 ਮਹੀਨੇ ਖੱਜਲ ਖੁਜਲ ਹੁੰਦਾ, ਫਿਰ ਵਾਪਸ ਆ ਜਾਂਦਾ, ਅਸੀਂ ਨਹੀਂ ਭੇਜਦੇ ਇੰਗਲੈਂਡ, ਸਾਡਾ ਤਾਂ ਦੁਕਾਨਦਾਰੀ ਹੈ, ਜਿਹੜਾ ਕੰਮ ਹੋਣਾ ਉਹ ਫੜੀਦਾ, ਜਿਹੜਾ ਨਹੀਂ ਹੋਣਾ ਨਹੀਂ ਫੜੀਦਾ।
ਸਰ ਮੇਰੇ ਕੋਲ ਸਟੂਡੈਂਟਸ ਆਉਂਦੇ ਨਾ, ਉਹਨਾਂ ਦਾ ਕੁਐਸਚਨ ਹੁੰਦਾ ਕਿ ਪ੍ਰੋਫਾਈਲ ਵਧੀਆ, 24 ਪਾਸ ਆਊਟ ਹੈ, 90% ਨੰਬਰ ਹਨ, 7 ਬੈਂਡ ਹਨ। ਉਹਦਾ ਕਿ ਏਜੰਟ ਬੋਲਦਾ ਕਿ ਤੁਹਾਡਾ ਬਾਹਰੋਂ ਸਾਰੇ ਬੋਲ ਰਹੇ ਕਿ ਤੁਹਾਡਾ ਕੰਮ ਨਹੀਂ ਹੋਣਾ। ਮੈਂ ਕਿਹਾ ਕੰਮ ਨਹੀਂ ਹੋਣਾ, ਕੋਈ ਐਮਬੈਸੀ ਆਫਿਸਰ ਤੁਹਾਡੀ ਫਾਈਲ ਲੱਗੂਗੀ ਤਾਂ ਐਮਬੈਸੀ ਨੇ ਵੀਜ਼ਾ ਦੇਣਾ। ਉਹ ਇਸ ਕਰਕੇ ਬੋਲ ਰਿਹਾ ਕਿ ਤੁਹਾਡੀ COE ਨਹੀਂ ਆਉਣੀ। ਜਾਣੀ ਨਹੀਂ, ਹੁੰਦੀ ਨਹੀਂ, ਆਉਂਦੀ ਨਹੀਂ COE ਕਦੀ, ਜਾਂਦਾ ਹੀ ਨਹੀਂ ਪੰਜਾਬ ਬੋਰਡ ਵਾਲਾ ਬੱਚਾ। ਇਹ ਮਿੱਥ ਹੈ ਸਾਡੀ, ਬਿਲਕੁਲ। ਹਰ ਬੰਦਾ ਹਰ ਕੰਮ ਤਾਂ ਨਹੀਂ ਨਾ ਕਰ ਸਕਦਾ। ਪ੍ਰਧਾਨ ਮੰਤਰੀ ਇੱਕੋ ਬੰਦਾ ਬਣਨਾ ਤਾਂ ਦੂਜਾ ਥੋੜ੍ਹੀ ਬਣ ਜਾਊਗਾ, ਬਿਲਕੁਲ। ਦੂਜੇ ਨੂੰ ਸਾਹਮਣੇ ਬਹਿਣਾ ਪੈਣਾ, ਹਰ ਕੰਮ ਹਰ ਬੰਦਾ ਨਹੀਂ ਕਰ ਸਕਦਾ, ਇਹ ਸਾਨੂੰ ਸਮਝਣਾ ਪੈਣਾ। ਅਸੀਂ ਆਸਟ੍ਰੇਲੀਆ ਭੇਜਦੇ ਹਾਂ, 15 ਸਾਲ ਹੋ ਗਏ ਸਾਨੂੰ ਭੇਜਦੇ, ਸਾਡੀ GT ਐਂ ਕਲੀਅਰ ਹੁੰਦੀ, ਕਿਉਂ ਅਸੀਂ ਲੈਣਾ ਹੀ ਰੀਜਨਲ ਕਾਗਜ਼, ਬਿਲਕੁਲ, ਇਹ ਡੁਪਲੀਕੇਟ ਕਾਗਜ਼ ਲੈਣਾ ਹੀ ਨਹੀਂ। ਜਿਸ ਕੋਲ 25 ਲੱਖ ਰੁਪਏ ਆਪਣਾ ਫੰਡ ਹੈਗਾ, ਉਹ ਹੀ ਵਿਜ਼ਿਟ ਕਰੇਗਾ। ਜਿਹਦੇ ਕੋਲ ਦਾਣੇ, ਉਸਦਾ ਹੀ ਕੰਮ ਬਣਨਾ ਹੈ। ਸਿਆਣੇ ਹੈ ਜਿਹਦੇ ਦਾਣੇ ਹੈ, ਜਿਹਦੇ ਕੋਲ ਉਹਦੇ ਕਮਲੇ ਵੀ ਸਿਆਣੇ ਹੈ। ਜਿਹਦੇ ਕੋਲ ਦਾਣੇ ਹੈ ਨਹੀਂ, ਉਹ ਜਿੰਨੇ ਮਰਜ਼ੀ ਚੰਗੇ ਨੰਬਰ ਲੈ ਕੇ ਘੁੰਮਦਾ ਰਹੇ, ਉਹਦੀ ਕਹਿਣ ਨਹੀਂ ਬਾਂਹ ਫਟਣੀ। ਪੈਸਾ ਫੇਂਕ, ਤਮਾਸ਼ਾ ਦੇਖ। ਜਿਹਦੇ ਕੋਲ ਫੰਡ ਨਹੀਂ ਹਨ, ਉਹਨਾਂ ਨੂੰ ਇਹੀ ਸੁਜੈਸ਼ਨ ਹੈ ਕਿ ਇੰਡੀਆ ਵਿੱਚ ਪੜ੍ਹ ਲਓ, ਇੰਡੀਆ 'ਚ ਟਿਕ ਕੇ ਬੈਠੋ, ਜਾਓ ਦੁਬਈ ਡੁਬਈ ਜਾ ਕੇ ਆਓ, ਕੰਮ ਕਰੋ। ਇਹਨੂੰ ਕੈਨੇਡਾ 'ਚ ਕੰਮ ਨਹੀਂ ਮਿਲਦਾ, ਜਾਓ ਸਵੇਰੇ ਦੁਬਈ, 40-50 ਹਜ਼ਾਰ ਰੁਪਈਆ ਤਨਖਾਹ ਮਿਲ ਜਾਂਦੀ ਉੱਥੇ ਆਰਾਮ ਨਾਲ। ਉਹਨਾਂ ਬੱਚਿਆਂ ਲਈ ਦੂਜਾ ਕੋਈ ਆਪਸ਼ਨ, ਦਿਨਾਂ ਕੋਲ ਆਪਣਾ ਪੁਰਾਣਾ ਫੰਡ ਨਹੀਂ ਹੈ। ਦੁਨੀਆ ਭੇਜੀ ਜਾਂਦੀ, ਕੋਈ ਸਾਈਪ੍ਰਸ ਭੇਜਦਾ ਪਿਆ, ਕੋਈ ਸਿੰਗਾਪੁਰ ਭੇਜਦਾ ਪਿਆ, ਇੰਗਲੈਂਡ ਭੇਜੀ ਜਾਂਦਾ। ਨਕਲੀ ਫੰਡ ਬਣਾ ਬਣਾ ਲੋਕ ਜਾਈ ਜਾਂਦੇ ਰੋਜ਼ ਇੰਗਲੈਂਡ, ਜਿਹਨੇ ਜਾਣਾ ਚੱਲ ਜਾ, ਅਸੀਂ ਨਹੀਂ ਭੇਜਦੇ। ਅਸੀਂ ਤਾਂ ਆਸਟ੍ਰੇਲੀਆ ਵਾਲਾ ਜਹਾਜ਼ ਖੜਾ ਕੀਤਾ, ਇਹ 'ਚ ਸਵਾਰੀਆਂ ਆਸਟ੍ਰੇਲੀਆ ਵਾਲੀਆਂ ਬੈਠੂਗੀਆਂ, ਆਸਟ੍ਰੇਲੀਆ ਜਾਊਗੀਆਂ। ਕੈਨੇਡਾ ਬਾਰੇ ਕੀ ਕਹਿਣਾ ਚਾਹੋਗੇ ਸਰ? ਬੜਾ ਵਧੀਆ ਮੁਲਕ ਹੈ ਜੀ, ਪੜ੍ਹਨ ਵਾਲਾ ਜਵਾਕ ਜਾਊਗਾ ਜੀ, ਜਿਹਨੇ ਕੰਮ ਕਰਨਾ ਉਹਦੇ ਲਈ ਕੈਨੇਡਾ ਨਹੀਂ ਹੈਗਾ। ਜਿਹੜਾ ਵੀ ਕੈਨੇਡਾ ਜਾ ਕੇ PR ਲੈਣਾ ਚਾਹੁੰਦਾ ਹੈ, ਇੱਕ ਚੀਜ਼ ਯਾਦ ਰੱਖੋ, 4 ਸਾਲ ਦੀ ਡਿਗਰੀ 'ਚ ਦਾਖਲਾ ਮਿਲਣਾ, 1 ਕਰੋੜ ਰੁਪਈਆ ਲੱਗਣਾ ਪੜ੍ਹਾਈ 'ਤੇ, 4 ਸਾਲ ਬੰਦਿਆਂ ਨੂੰ ਪੜ੍ਹਨਾ ਪੈਣਾ, ਫਿਰ ਨੌਕਰੀ ਵੀ ਮਿਲੂਗੀ, ਵਰਕ ਪਰਮਿਟ ਮਿਲੂਗਾ, PR ਮਿਲੂਗਾ। ਜੇ ਸੋਚਦੇ ਇੱਥੋਂ 15-20 ਲੱਖ ਲਾ ਕੇ ਚੱਲ ਜਾਓਗੇ, ਅਗਲੀਆਂ ਫੀਸਾਂ ਫੂਸਾਂ ਕੱਢ ਲਓਗੇ, ਮੁੱਕ ਗਿਆ ਕੰਮ, ਯੂਨੀਵਰਸਿਟੀਆਂ ਜਾਣ ਵਾਲੇ ਨਿਆਣਿਆਂ ਨੂੰ ਵੀਜ਼ਾ ਮਿਲੂ। ਮਤਲਬ ਕਿ ਕੈਨੇਡਾ ਜਾਣ ਵਾਲੇ ਲਈ ਵੀ ਪੈਸਾ ਹੋਣਾ ਚਾਹੀਦਾ। ਹਾਂਜੀ, ਰੁਪਈਏ ਤਾਂ ਚਾਹੀਦੇ ਹੀ ਹੈ ਨਾ, ਸਾਰਿਆਂ ਨੂੰ ਚਾਹੀਦੇ। ਅਗਰ ਯੂਨੀਵਰਸਿਟੀ ਜਾਊਗਾ ਤਾਂ 1 ਕਰੋੜ ਰੁਪਏ ਉਹ ਲੈ ਕੇ ਚੱਲੇ। ਹਾਂਜੀ ਹਾਂਜੀ, ਪੂਰਾ ਟੀਕਾ ਭਰ ਕੇ ਲਾਊਗੇ ਜੀ ਯੂਨੀਵਰਸਿਟੀ ਵਾਲੇ, ਉਹਦੇ ਨੇ ਪੈਸਾ। 4 ਸਾਲ ਦੀ ਬੈਚਲਰ ਡਿਗਰੀ ਹੈ, 4 ਸਾਲ ਦੀ ਡਿਗਰੀ ਦਾਖਲਾ। ਹੋਰ ਦੱਸੋ ਸਰ, ਵਹੀ ਕੁਐਸਚਨ ਹਨ ਬੱਚਿਆਂ ਦੇ, ਪੇਰੈਂਟਸ ਦੇ, ਜਿਹਨਾਂ ਦਾ ਹੋ ਨਹੀਂ ਰਿਹਾ, ਹਰ ਕੋਈ ਜਾਣਾ ਚਾਹੁੰਦਾ ਆਸਟ੍ਰੇਲੀਆ, ਬਟ ਫੰਡ ਨਹੀਂ ਹਨ ਕਿਸੇ ਕੋਲ, ਕਿਸੇ ਦੇ ਪੜ੍ਹਾਈ ਦੇ ਨੰਬਰ ਨਹੀਂ ਹਨ। ਇੱਦਾਂ ਦੇ ਸਾਰੇ ਲੋਕ ਜਿਹਨਾਂ ਕੋਲ ਨਹੀਂ ਫੰਡ ਫੁੰਡ ਹੈਗੇ, ਮੈਂ ਹੱਥ ਜੋੜ ਕੇ ਮਾਫ਼ੀ ਮੰਗ ਸਕਦਾ ਜੀ ਉਹਨੂੰ ਕਿ ਭਾਈ ਨਹੀਂ, ਹਜੇ ਨਹੀਂ ਹੋਣਾ ਕੰਮ, ਵੇਟ ਕਰ ਲਓ 2-4-5 ਸਾਲ, ਸ਼ਾਇਦ ਕੋਈ ਕਿਰਪਾ ਹੋ ਜਾਵੇ, ਕੋਈ ਇੱਦਾਂ ਦੀ ਕੋਈ ਸਰਕਾਰ ਆ ਜਾਵੇ, ਕੱਲ੍ਹ ਨੂੰ ਆਸਟ੍ਰੇਲੀਆ ਵਾਲਿਆਂ ਨੂੰ ਬਹੁਤ ਜ਼ਿਆਦਾ ਲੋਡ ਪੈ ਜਾਵੇ ਬੰਦਿਆਂ ਦੀ, ਤਾਂ ਹੋ ਸਕਦਾ ਤੁਹਾਡੇ ਵੱਲ ਨੂੰ ਆ ਜਾਣ, ਅਗਲੇ 2-4 ਸਾਲ ਤਾਂ ਨਜ਼ਰ ਨਹੀਂ ਆਉਂਦਾ ਜੀ। 23-24 ਪਾਸ ਆਊਟ ਸਟੂਡੈਂਟ ਨਵੰਬਰ ਇਨਟੇਕ ਲਈ ਜਾ ਸਕਦਾ, ਜਿਸ ਕੋਲ 9-25। ਮੈਂ ਕਿਹਾ ਜੀ ਰੁਪਈਏ ਹੋਣ, ਆਓ ਸਾਨੂੰ ਹੁਣੇ ਫੋਨ ਕਰੋ, ਲਿਖਿਆ ਸਕਰੀਨ ਦੇ ਉੱਤੇ ਆਪਾਂ ਨੰਬਰ ਲਿਖਤਾ। ਕਿੰਨਾ ਖਰਚਾ ਲੱਗ ਜਾਂਦਾ ਸਰ? 25-30 ਲੱਖ ਰੁਪਏ ਲੱਗ ਜਾਂਦਾ ਜੀ। 25-30 ਲੱਖ ਜਿਹਨੇ ਜਾਣਾ ਸਾਡੇ ਨਾਲ ਫੋਨ 'ਤੇ ਗੱਲ ਕਰੋ, ਆ ਜਾਓ ਸਾਡੇ ਕੋਲ, ਕੱਲ੍ਹ ਸੁਬਹਾ ਆਓ, ਕਾਗਜ਼ ਲੈ ਕੇ ਕੰਮ ਕਰਾ ਦਿੰਦੇ ਜੀ, ਹੋ ਜੂਗਾ, ਪੈਸੇ ਦੇ ਦਿਓ। ਇੱਕ ਹੀ ਰਿਕੁਐਸਟ ਆ ਸਾਰਿਆਂ ਨੂੰ, ਜਿਹੜਾ 23-24 ਪਾਸ ਆਊਟ ਹੈ, ਜਿਹਦੇ ਕੋਲ 25-30 ਲੱਖ ਰੁਪਏ ਫੰਡ ਪਿਆ, ਉਹ ਆਪਣੇ ਬੱਚੇ ਨੂੰ ਨਾਂ ਲੈ ਕੇ, ਕਾਗਜ਼ ਲੈ ਕੇ ਇੱਕ ਵਾਰੀ ਆਫਿਸ ਵਿਜ਼ਿਟ ਕਰੇ, ਸਾਨੂੰ ਮਿਲੋ, ਆ ਗਏ, ਅਸੀਂ ਮਿਲਦੇ ਹਾਂ ਰੋਜ਼ ਲੋਕਾਂ ਨੂੰ, ਤੁਹਾਨੂੰ ਮਿਲਣ। ਹਾਂਜੀ ਬਿਲਕੁਲ, ਜੇ ਪੈਸੇ ਹੈਗੇ ਤਾਂ ਕੰਮ ਹੋਣਾ, ਜੇ ਪੈਸੇ ਨਹੀਂ ਹੈਗੇ ਕੰਮ ਨਹੀਂ ਹੋਣਾ, ਸਮਝਣਾ ਪੈਣਾ। ਆਸਟ੍ਰੇਲੀਆ ਹਰ ਕਿਸੇ ਲਈ ਨਹੀਂ ਹੈਗਾ, ਬਿਲਕੁਲ ਸਰ। 10 'ਚ ਇੱਕ ਬੰਦਾ ਐਲੀਜੀਬਲ ਹੁੰਦਾ ਜਿਹਦੇ ਪੱਲੇ ਹੁੰਦਾ ਕੁਛ, ਸੁਪਨੇ ਸਾਰਿਆਂ ਦੇ ਹੁੰਦੇ ਆ, ਸੁਪਨੇ ਪੂਰੇ ਨਹੀਂ ਹੁੰਦੇ ਸਾਰਿਆਂ ਦੇ। ਜਿਹਦੇ ਕੋਲ ਨਹੀਂ ਫੰਡ ਹੈਗੇ, ਆ ਜਾਓ, ਕੋਈ ਨਾ ਹੋਰ ਹੱਲ ਕੱਢ ਲਾਂ, ਅਮਰੀਕਾ ਮਰੂਕਾ ਦੀ ਫਾਈਲ ਲਾ ਦਿਆਂਗੇ। ਅਮੈਰੀਕਾ ਆਪਸ਼ਨ ਹੈਗਾ, ਹਾਂਜੀ ਹੈਗੀ, ਆਪਸ਼ਨਾਂ ਹੋਰ ਬਥੇਰੀਆਂ ਹੁੰਦੀਆਂ, ਬਟ ਜਦੋਂ ਆਪਾਂ ਝੰਡਾ ਆਸਟ੍ਰੇਲੀਆ ਦਾ ਰੱਖ ਲਿਆ ਤਾਂ ਫਿਰ ਹੁਣ ਤਾਂ ਗੱਲ ਫਿਰ ਆਸਟ੍ਰੇਲੀਆ ਦੀ ਹੋਊਗੀ। ਬਿਲਕੁਲ ਸਰ। ਸੋ ਜੇ ਇੱਥੇ ਜਾਣਾ ਤਾਂ ਫਿਰ ਸਾਡੇ ਕੋਲ ਆਉਣਾ ਪੈਣਾ।
ਰਾਈਟ ਸਰ, ਧੰਨਵਾਦ ਤੁਹਾਡਾ ਵੀ, ਥੈਂਕ ਯੂ ਸੋ ਮਚ।